ਫੇਰ ਉਹ ਕਿਸੇ ਵਿਚਲੇ ਬੰਦੇ ਨੇ ਕਿਹਾ ਕਿ ਅਮਰਤਾ ਜੀ ਨੇ ਕਿਹਾ ਕਿ ਕਿਉਂ ਛਾਪਦੇ ਹੋ ਬੰਦ ਕਰੋ ਇਹਨੂੰ ਕਿ ਜਦੋਂ ਮੈਨੂੰ ਅ ਕਿਸੇ ਕਿਸੇ ਵੀ ਕੋਵੀ ਦਰਬਾਰ ਤੇ ਜਾਂ گورنر ਹਾਊਸ ਜਾਂ ਰਾਸ਼ਟਰਪਤੀ ਭਵਨ ਚ ਬੁਲਾਇਆ ਜਾਣਾ ਹੈ ਅ ਤਾਂ ਉਹ ਉਹ ਫਿਰ ਕਾਰਡ ਦੇ ਉੱਤੇ ਸਪਾਉਸ ਹੀ ਲਿਖਿਆ ਹੁੰਦਾ ਸੀਗਾ ਤੇ ਉਹਨਸ ਪਾਉਸ ਹੋਣਾ ਸ਼ਾਇਦ ਮਨਜ਼ੂਰ ਨਹੀਂ ਸੀ ਨੌਕਰੀ ਦੌਰਾਨ ਵੀ ਇਹੋ ਜੀ ਇੱਕ ਦਿੱਕਤ ਆ ਜਿਹੜੀ ਤੁਹਾਨੂੰ ਸਹਿਣੀ ਪਈ ਕਿ ਆਪਣੀਆਂ ਸਹੇਲੀਆਂ ਚ ਇੱਕ ਇਹੋ ਜਿਹਾ ਮਤਭੇਦ ਹੋਇਆ ਕਿ ਤੁਹਾਨੂੰ ਲੰਮਾ ਸਮਾਂ ਵੀ ਛੁੱਟੀ ਤੇ ਰਹਿਣਾ ਪਿਆ ਤਿੰਨ ਮਹੀਨੇ ਮੈਂ ਇਸ ਸੰਤਾਪ ਨੂੰ ਭੋਗਿਆ ਹਾਂ ਜੀ ਮੁੜ ਕੇ ਫਿਰ ਬੀਬਾ ਜੀ ਨੇ ਕੇਸ ਵਾਪਸ ਲਿਆ ਅੱਛਾ ਜੀ ਕੋਈ ਔਰਤ ਛੱਤ ਨਹੀਂ ਤੋੜਨਾ ਚਾਹੁੰਦੀ ਹੋ ਬਿਲਕੁਲ ਮਨਜੀਤ ਸਿੰਧਰਾ ਨੇ ਕਦੋਂ ਚਾਇਆ ਸੀਗਾ ਕਿ ਉਹਦੀ ਛੱਤ ਚੀਨਾ ਚੀਨਾ ਉਹਨੇ ਤਾਂ ਮੇਰੀ ਛੱਤ ਤੀਲਾ ਤੀਲਾ ਕਰਕੇ ਖੰਡਾਤੀ ਸੀ ਇੱਕ ਬੇहद ਮਕਬੂਲ ਕਿਤਾਬ ਤਾਰਿਆਂ ਦਾ ਸ਼ਜ ਨੂੰ ਲਿਖਣ ਵਾਲੀ ਬੇहद ਵਿਵਾਖ ਸ਼ਾਇਰਾਏ ਮਨਜੀਤਿੰਦਰਾ ਜਿਨ੍ਹਾਂ ਨੂੰ ਵੀ ਸੋਸ਼ਲ ਦੇ ਇਸ ਸਾਹਿਤਿਕ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਮਨਜੀਤਿੰਦਰਾ ਜੀ ਦਾ ਜਨਮ 24 ਫਰਵਰੀ 1950 ਨੂੰ ਪਿਤਾ ਸਰਦਾਰ ਹਰਪਜਨ ਸਿੰਘ ਕਲਸੀ ਤੇ ਮਾਤਾ ਨਰੰਜਨ ਕੌਰ ਜੀ ਦੇ ਘਰ ਪਿੰਡ ਬਜਵਾੜਾ ਵਿਖੇ ਹੋਇਆ ਜਿਹੜਾ ਕਿ ਉਹਨਾਂ ਦਾ ਨਾਨਕਾ ਪਿੰਡ ਸੀ ਉਹਨਾਂ ਨੇ ਐਮਏ ਐਮਫਿਲ ਤੱਕ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਅਧਿਆਪਨ ਦੇ ਕਿੱਤੇ ਨੂੰ ਚੁਣਿਆ ਮਸ਼ਹੂਰ ਕਵੀ ਪ੍ਰੋਫੈਸਰ ਮੋਹਨ ਸਿੰਘ ਜੀਤ ਨੂੰ ਆਪਣੇ ਗੁਰੂ ਮੰਨਣ ਵਾਲੇ ਮਨਜੀਤਿੰਦਰਾ ਜੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਆਪਣੀ ਕਵਿਤਾ ਨੂੰ ਖੋਰ ਵੀ ਜ਼ਿਆਦਾ ਨਿਖਾਰਿਆ ਹਣ ਤੱਕ 15 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਮਨਜੀਤ ਇੰਦਰਾ ਜੀ ਬੇਸ਼ੱਕ ਇੱਕ ਸਮੇਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤਲਖ ਹਕੀਕਤਾਂ ਤੇ ਟੁੱਟਦੇ ਰਿਸ਼ਤਿਆਂ ਦੇ ਦਰਦ ਨੂੰ ਹੰਡਾ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਜਾਣਨ ਵਾਲੇ ਉਹਨਾਂ ਨੂੰ ਇੱਕ ਬੇहद ਜਿੰਦਾਦਿਲ ਸ਼ਖਸੀਅਤ ਦੇ ਤੌਰ ਤੇ ਜਾਣਦੇ ਨੇ ਆਓ ਸਵਾਗਤ ਕਰਦੇ ਹਾਂ ਮਨਜੀਤ ਇੰਦਰਾ ਜੀ ਦਾ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਸਤਕ ਦੇ ਵਿੱਚ ਸ਼ੁਕਰੀਆ ਸਭ ਤੋਂ ਪਹਿਲਾ ਸਵਾਲ ਤੁਹਾਡਾ ਨਾਂ ਬੜਾ ਦਿਲਚਸਪ ਹੈ ਨਾ ਮਨਜੀਤ ਇੰਦਰਾ ਜੀ ਮੈਂ ਪੜ੍ਹ ਰਹੀ ਸੀ ਤਾਂ ਇੱਕ ਸਕੂਲ ਦੇ ਨਾਂ ਤੋਂ ਤੁਹਾਡਾ ਨਾਂ ਰੱਖਿਆ ਗਿਆ ਕਿਉਂਕਿ ਪਹਿਲਾਂ ਜਦੋਂ ਨਾਨਕੇ ਪਰਿਵਾਰ 'ਚ ਤੁਹਾਡਾ ਜਨਮ ਹੁੰਦਾ ਦੋ ਤਿੰਨ ਨਾਂ ਜਿਹੜੇ ਰੱਖ ਦਿੱਤੇ ਗਏ ਹਨ ਫਿਰ ਤੁਹਾਡੇ ਪਿਤਾ ਜੀ ਨੇ ਇਹ ਨਾਂ ਚੁਣਿਆ ਤੁਹਾਡੇ ਲਈ ਪਰ ਜਦੋਂ ਆਪਾਂ 84 ਦੀ ਗੱਲ ਕਰਦੇ ਹਾਂ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਪੰਜਾਬ ਨਾਲ ਦਖਾਂਤ ਵਾਪਰਿਆ ਤਾਂ ਬਹੁਤ ਵਾਰ ਇਸ ਨਾਂ ਕਰਕੇ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਕਿਉਂਕਿ ਸਾਡੀ ਦੁੱਖ ਦੀ ਰਗ ਛੇੜ ਜਾਂਦੀ ਹੈ ਇਸ ਚੀਜ਼ ਨਾਲ ਤੇ ਕਹਿੰਦੇ ਨੇ ਕਿ ਬਹੁਤ ਸਾਰੀਆਂ ਬਦਨਾਮੀਆਂ ਵੀ ਇਸ ਚੀਜ਼ ਨਾਲ ਹਨਾ ਤੁਹਾਡੀ ਝੋਲੀ ਪਈਆਂ ਤੇ ਪਿੱਛੇ ਜੇ ਇੱਕ ਸਮਾਗਮ ਤੇ ਇਸੇ ਨਾਂ ਕਰਕੇ ਤੁਹਾਨੂੰ ਕਵਿਤਾ ਪੜਨ ਤੋਂ ਵੀ ਰੋਕ ਦਿੱਤਾ ਜਾਂਦਾ ਤੱਕ ਦੀ ਇਹ ਨਹੀਂ ਸੋਚਿਆ ਕਿ ਹੁਣ ਇਸ ਨਾਂ ਨੂੰ ਬਦਲਦਾ ਵੇ ਸਵਾਲ ਬੜਾ ਦਿਲਚਸਪ ਹੈ ਮੈਂ ਬੜੀ ਵਾਰੀ ਇਸ ਦੀ ਚਰਚਾ ਕਰ ਚੁੱਕੀ ਹਾਂ ਕਿ ਇਹ ਨਾਂ ਵੱਖਰਾ ਹੈ ਮਨਜੀਤ ਕਿਸੇ ਹੋਰ ਦਾ ਨਾਂ ਹੋ ਸਕਦਾ ਹੈਗੇ ਬੜੀਆਂ ਮਨਜੀਤਾਂ ਨੇ ਇਸ ਮਨਜੀਤ ਕਰਕੇ ਮੈਂ ਖੁਨਾਮੀਆਂ ਖੱਟੀਆਂ ਮਨਜੀਤ ਨਾਂ ਨਾਲ ਮਨਜੀਤਾ ਕਰਾਈ ਮਨਜੀਤਾ ਕਰਾਈ ਮਨਜੀਤਾ ਕਰਾਈ ਮੈਂ ਇੱਕ ਲੇਖ ਲਿਖਿਆ ਸੀਗਾ ਹੋਂ ਵਿੱਚ ਹਮ ਨਾਮ ਹੋਣ ਦੀ ਨਮੋਸ਼ੀ ਤੋ ਖੈਰ ਉਦੋਂ ਹੀ ਵੇ ਮੈਂ ਕਿਹਾ ਕਿ ਮੈਂ ਮਨਜੀਤ ਨਹੀਂ ਐ ਕਿ ਮੇਰਾ ਨਾਮ ਮਨਜੀਤਿੰਦਰਾ ਹੈ ਹੂੰ ਹੁਣ ਮਨਜੀਤਿੰਦਰਾ 84 ਵਿੱਚ ਤੁਸੀਂ ਕਹਿੰਦੇ ਹੋ ਵੀ ਇੰਦਰਾ ਗਾਂਧੀ ਨਾਲ ਜਾ ਕੇ ਜੁੜਦਾ ਹੈ ਹੂੰ ਇਹ ਮੈਂ ਅਨਪੜਤਾ ਵੀ ਨਹੀਂ ਕਹਿੰਦੀ ਹਾਂਜੀ ਕਈ ਲੋਕਾਂ ਨੂੰ ਇਹ ਲੱਗ ਸਕਦਾ ਹੈ ਵੀ ਉਹ ਇੱਕ ਵੱਡਾ ਵਿਆਖਿਆਤ ਵਿਅਕਤੀ ਸੀ ਉਸ ਵਿਅਕਤੀਤਵ ਕਰਕੇ ਮੈਂ ਸ਼ਾਇਦ ਮਨਜੀਤ ਨੇ ਆਪਣਾ ਤਖੱਲਸ ਲਾਇਆ ਹੋਵੇ ਪਰ ਨਹੀਂ ਮੈਂ ਬਾਰ-ਬਾਰ ਕਹਿੰਦੀ ਆ ਕਿ ਵੀ ਮੈਂ ਇੱਕ ਗੁਰਸਿੱਖ ਪਰਿਵਾਰ ਦੀ ਕੁੜੀ ਆ ਹਾਂਜੀ ਤੋਂ ਆਪਣੀ ਮਾਂ ਤੋਂ ਬਾਅਦ ਮੈਂ ਆਪਣੇ ਨਾਨਕੇ ਘਰ 'ਚ ਦੇਰ ਬਾਅਦ ਜੰਮਿਆ ਪਹਿਲਾ ਬੱਚਾ ਸੀ ਲਾਡਲੀ ਸੀ ਪਿਓ ਦੀ ਵੀ ਲਾਡਲੀ ਸੀ ਨਾਨਕੀਆਂ ਦੀ ਵੀ ਲਾਡਲੀ ਸੀ ਤੋਂ ਮੇਰੇ ਨਾਨਾ ਜੀ ਨੇ ਗੁਰਗਰਾਂਤ ਸਾਹਿਬ ਤੋਂ ਮੇਰਾ ਨਾਂ ਕੱਢਿਆ ਮੈਂ ਅੱਗੇ ਵੀ ਕਿਹਾ ਕਿ ਮੰਮਾ ਸ਼ਬਦ ਨਿਕਲਿਆ ਤੇ ਮੇਰੇ ਨਾਨਾ ਜੀ ਨੇ ਮੇਰਾ ਨਾਂ ਮੇਰੀ ਮਾਂ ਦਾ ਨਾਂ ਨਿਰਿੰਜਨ ਕੌਰ ਸੀ ਜਿਹੜੀ ਕਿ ਉਸ ਵੇਲੇ ਦੀ ਪੋਸਟ ਗ੍ਰੈਜੂਏਟ ਲੇਡੀ ਸੀ ਬਿਲਕੁਲ ਉਹਨਾਂ ਦਾ ਨਾਂ ਨਰਿੰਜਨ ਕੌਰ ਸੀ ਤੇ ਮੇਰੇ ਨਾਨਾ ਜੀ ਨੇ ਮੇਰਾ ਨਾਂ ਰੱਖਤਾ ਮਨੋਰੰਜਨ ਕੌਰ ਤੋਂ ਮੇਰੇ ਪਿਤਾ ਕਹਿੰਦੇ ਵੀ ਇਹ ਮਨੋਰੰਜਨ ਕੌਰ ਕੀ ਹੋਇਆ ਹਾਂਜੀ ਨਹੀਂ ਸੋ ਮੇਰੇ ਕਾਮਰੇਡ ਪਿਓ ਨੂੰ ਇਹ ਨਾਂ ਪਸੰਦ ਨਹੀਂ ਆਇਆ ਹੂੰ ਤੋਂ ਮਿੰਦਰ ਕੌਰ ਮਨਿੰਦਰ ਕੌਰ ਨਾ ਰੱਖੇ ਸਾਰੇ ਡਿਲੀਟ ਕਰਤੇ ਨਾਂ ਇਹ ਹਾਂਜੀ ਮੇਰੇ ਫਾਦਰ ਉਹਨਾਂ ਦਿਨਾਂ ਚ ਸਾਇੰਸ ਮਾਸਟਰ ਸੀਗੇ ਤੇ ਉਹਨਾਂ ਦੀ ਬਦਲੀ ਹੋਈ ਆ ਗਵਰਮੈਂਟ ਕਮਰਮਨਜੀਤਿੰਦਰਾ ਹਾਈ ਸਕੂਲ ਕੋਟਕਪੂਰਾ ਹਾਂਜੀ ਤੋਂ ਮੇਰੇ ਪਿਤਾ ਨੇ ਉਸ ਸਕੂਲ ਦੇ ਨਾਂ ਤੇ ਮੇਰਾ ਨਾਂ ਰੱਖਿਆ ਕਿ ਜਦੋਂ ਉਹਨਾਂ ਦੇ ਮਿੱਤਰ ਨੇ ਕਿਹਾ ਵੀ ਕਲਸੀ ਆਪਣੀ ਧੀ ਦਾ ਨਾਂ ਇਸ ਸਕੂਲ ਦੇ ਨਾਂ ਤੇ ਰੱਖ ਦੇ ਮੈਂ ਨੂੰ ਕਿ ਉਹ ਕਿ ਮੇਰੇ ਪਿਤਾ ਦਾ ਨਾਂ ਦਿੱਤਾ ਹੋਇਆ ਹੈ ਬਿਲਕੁਲ ਵੱਖਰਾ ਹੈ ਹਾਂ ਤਾਲਬ ਸਾਹਿਬ ਦੇ ਮੁੰਡੇ ਦਾ ਨਾਂ ਮਨਜੀਤ ਇੰਦਰ ਹੈ ਪਰ ਮੈਂ ਤਾਂ ਮਨਜੀਤਿੰਦਰਾ ਹਾਂ ਉਹ ਇੰਦਰ ਹੀ ਸੀਗਾ ਤੋਂ ਅੰਗਰੇਜ਼ੀ ਵਿੱਚ ਮੇਰੇ ਇੱਕ ਟੀਚਰ ਸੀਗੇ ਮੈਂ ਗਵਰਨਮੈਂਟ ਹਾਈ ਸਕੂਲ ਪਸੌੜ ਸੰਗਰੂਰ ਮਲੇਕੋਟਲੇ ਵਿੱਚ ਕਿਉਂ ਜਿੱਥੇ ਮੇਰੇ ਪਿਤਾ ਦੀ ਬਦਲੀ ਹੁੰਦੀ ਸੀ ਅਸੀਂ ਉੱਥੇ ਹੀ ਜਾਂਦੇ ਸੀ ਪੁਰਾਣਾ ਪੰਜਾਬ ਸੀ ਵੱਡਾ ਸੀ ਤੁਹਾਡੇ ਕੋਲ ਇਹ ਦੀ ਇੰਨੀ ਵਿਥ ਨਹੀਂ ਹੋਣੀ ਇਸ ਇੰਟਰਵਿਊ ਦੀ ਕਿ ਉਹ ਪੁਰਾਣੇ ਪੰਜਾਬ ਦੀ ਮੈਂ ਤੁਹਾਨੂੰ ਸਹਿਰ ਵੀ ਕਰਾ ਸਕਾਂ ਕਿ ਕਿਵੇਂ ਮੈਂ ਹਿੰਦੀ ਡਿਸਟ੍ਰਿਕਟ ਮਿੰਦਰਗੜ ਦੇ ਵਿੱਚ ਨਾਰਨੌਲ ਦਾਦਰੀ ਜੀ ਇੰਦਕਨੀਨਾ ਗੰਗਾ ਨਗਰ ਨੂੰ ਲੱਗਦੇ ਇਲਾਕੇਾਂ ਚ ਮੈਂ ਆ ਮੇਰਾ ਬਚਪਨ ਰਿਹਾ ਔਰ ਟਿਪੀਕਲ ਮਾਲਵੇ ਦੇ ਪਿੰਡ ਪਸੌੜ ਦੇ ਵਿੱਚ ਮੈਂ 5ਵੀਂ ਤੋਂ 10ਵੀਂ ਤੱਕ ਪੜ੍ਹੀ ਆ। ਉੱਥੇ ਮੇਰੇ ਇੱਕ ਟੀਚਰ ਸੀ ਓੰਕਾਰਨਾਥ। ਹਾਂਜੀ। ਅ ਸੋ ਮੈਂ ਪੜਨ ਚ ਵਾਵਾ ਠੀਕ ਸੀ। ਉਸ਼ਾਰ ਸੀ ਪਰ ਉਹ ਬਹੁਤ ਰਿਆ ਹੈਡਮਾਸਟਰਾਂ ਦੀ ਕੁੜੀ ਚਾਕੇ ਤੋਂ ਦੇਖੋ ਉਹ ਇਹ ਹੈ ਕਿ ਵੀ ਉਹ ਕਹਿੰਦੇ ਵੀ ਇਹਦਾ ਨਾ ਜੀ ਪੰਜਾਬੀ ਚ ਜਦੋਂ ਸਕੂਲ ਐਜੂਕੇਸ਼ਨ ਬੋਰਡ 8ਵੀਂ ਦਾ امتحان ਪੰਜਾਬੀ ਚ ਪਹਿਲੀ ਪਹਿਲਾ ਵਿਦਿਆਰਥੀ ਮੈਂ ਆ ਸਾਡਾ ਬੈਚ ਪਹਿਲਾ ਸੀ ਤਾਂ ਪੰਜਾਬੀ ਚ ਲਿਖਣੇ ਸੀ ਉਹ ਕਹਿੰਦੇ ਜੀ ਇੰਦਰ ਨਾ ਲਿਖੋ ਇੰਦਰਾ ਲਿਖ ਦਿਓ ਸੋਹਣਾ ਲੱਗਦਾ ਜੀ ਸੋ ਇਹ ਮੇਰੇ ਸੈਕੂਲਰ ਪਿਤਾ ਦੀ ਸੋਚ ਕਿ ਮੇਰਾ ਨਾਮ ਮਨਜੀਤਿੰਦਰਾ ਆ ਇਹਦੇ ਪਿੱਛੇ ਕੋਈ ਕਿਸੇ ਇੰਦਰਾ ਗਾਂਧੀ ਦਾ ਰੋਲ ਨਹੀਂ ਹੈ ਹਾਂ ਮੈਨੂੰ ਅ ਬਹੁਤ ਜਗ੍ਹਾ ਤੇ ਨਹੀਂ ਬੁਲਾਇਆ ਗਿਆ ਹਾਂਜੀ ਪਿਛਲੇ ਪੌਂਟਾ ਸਾਹਿਬ ਗੁਰਦੁਆ ਕਵੀ ਦਰਬਾਰ ਹੋਣਾ ਸੀ ਮੇਰੇ ਕੋਲ ਚਿੱਠੀ ਪਈ ਆ ਚਿੱਠੀ ਆਈ ਕਿ ਤੁਸੀਂ ਕਵਤਾ ਪੜਨ ਆਉਣਾ ਆ ਹਾਂ ਤੋ ਮੈਂ ਉਹ ਕਵਤਾ ਜਿਹੜੀ ਹੈ ਮੇਰੀ ਤਾंडਵ ਕਿਤਾਬ ਦੇ ਵਿੱਚ ਸ਼ਾਮਲ ਹੈ ਹਾਂਜੀ ਗੁਰੂ ਵਿਸਾਖੀ ਦੇ ਮੇ ਤੇ ਕਵਤਾ ਪੜ੍ਹਨੀ ਸੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਸੀਗਾ 550ਵਾਂ ਜਿਹਦੇ ਤੇ ਮੇ ਕਵਤਾ ਪੜ੍ਹਨੀ ਸੀਗੀ ਤੇ ਜਾਣ ਤੋਂ ਕਵਤਾ ਕਵੀ ਦਰਬਾਰ ਤੋਂ 2 ਦਿਨ ਪਹਿਲਾਂ ਮੈਨੂੰ ਚਿੱਠੀ ਆ ਜਾਂਦੀ ਹੈ ਕਿ ਤੁਸੀਂ ਉਸ ਕਵੀ ਦਰਬਾਰ ਤੇ ਨਹੀਂ ਜਾ ਸਕਦੇ ਚਾ ਜਾ ਸਕਦੇ ਮੈਂ ਕਿਰਨ ਜੋਤਕੌਰ ਹੁਣਾਂ ਨੂੰ ਟੈਲੀਫੋਨ ਕੀਤਾ ਹਮ ਮਾਸਟਰ ਤਾਰਾ ਸਿੰਘ ਦੀ ਦੋਤਰੀ ਜੀ ਨੇ ਹਾਂਜੀ ਬੀਬਾ ਇਹ ਕੀ ਹੋਇਆ ਹਾਂ ਉਹਨਾਂ ਨੇ ਸ਼ਾਇਦ ਕੋਈ ਸੋ ਇੱਛ ਹੁੰਦੀਆਂ ਨੇ ਉਹ ਕਹਿੰਦੇ ਤੁਹਾਨੂੰ ਮੈਂ ਕੀ ਦੱਸਾਂ ਹਾਂਜੀ ਸੋ ਮਨਜੀਤਿੰਦਰਾ ਇੰਦਰਾ ਨੇ ਮੈਨੂੰ ਕਵੀਦਰਾ ਪੜਨ ਨਹੀਂ ਜਾਣ ਦਿੱਤਾ ਛੋਟੀ ਸੋਚ ਲੋਕਾਂ ਦੀ ਹਾਂਜੀ ਜਦਕਿ ਇਹ ਇੱਕ ਇਤਫਾਕ ਨਾ ਸੀ ਕਹਿ ਸਕਦੇ ਹਨ ਬਿਲਕੁਲ ਕੋਈ ਗੋਤ ਨਹੀਂ ਤੁਹਾਡਾ ਜਾਂ ਕੁਝ ਵੀ ਇਹੋ ਜਿਹਾ ਨਹੀਂ ਮਿਲਦਾ ਜਦੋਂ ਤੁਹਾਡਾ ਵਰਤ ਜਿਸ ਪਰਿਵਾਰ ਦੇ ਵਿੱਚ ਹੁੰਦਾ ਬਹੁਤ ਐਜੂਕੇਸ਼ਨ ਉਸ ਪਰਿਵਾਰ ਦੇ ਵਿੱਚ ਹੈ ਨਾ ਵਧੀਆ ਐਜੂਕੇਟਿਡ ਪਰਸਨ ਤੁਹਾਡੇ ਮਦਰ ਫਾਦਰ ਦੋਨੋਂ ਹੀ ਪੜੇ ਲਿਖੇ ਸੀਗੇ ਤੁਹਾਨੂੰ ਕੋਈ ਸਿੱਖਿਆ ਲਈ ਸੰਘਰਸ਼ ਨਹੀਂ ਕਰਨਾ ਪਿਆ ਪਾਲਣ ਪੋਸ਼ਣ ਵੀ ਹੈ ਜਿਹੜਾ ਬਿਲਕੁਲ ਮੁੰਡਿਆਂ ਤਰ੍ਹਾਂ ਹੋਇਆ ਹੈ ਨਾ ਜਿੱਥੇ ਵੀ ਤੁਹਾਡੇ ਪਿਤਾ ਨਾਲ ਜਦੋਂ ਤੁਸੀਂ ਜ਼ਿਕਰ ਕਰਦੇ ਹੋ ਬਹੁਤ ਚੰਗਾ ਰਿਸ਼ਤਾ ਸੀ ਮਾਂ ਥੋੜੇ ਜੇ ਸਵਾ ਦੇ ਜਿਹੜੇ ਸਖਤ ਸੀਗੇ ਪਰ ਪਿਤਾ ਨਾਲ ਮੈਂ ਤੁਹਾਡਾ ਟੋਕ ਰਹੀ ਹਾਂ ਹਾਂਜੀ ਮੈਂ ਬਾਰ-ਬਾਰ ਕਹਿੰਨੀ ਆ ਕਿ ਮੈਂ ਇੱਕ ਰਿਲੀਜੀਅਸ ਮਾਂ ਦੀ ਧਾਰਮਿਕ ਰੁਚੀਆਂ ਵਾਲੀ ਬਹੁਤ ਪੜੀ ਲਿਖੀ ਮਾਂ ਦੀ ਮਿਊਜ਼ਿਕ ਦੀ ਮਿਊਜ਼ਿਕ ਵੋਕਲ ਦੀ ਉਹ ਪੋਸਟ ਗ੍ਰੈਜੂਏਟ ਸੀਗੀ ਔਰ ਪਿਤਾ ਮੇਰਾ ਕਾਮਰੇਡ ਸੀ ਦੋ ਵਿਰੋਧੀ ਧਿਰਾਂ ਦੀ ਪੈਦਾਵਾਰ ਮੈਂ ਆ ਪਰ ਮੇਰੀ ਮਾਂ ਹਰ ਵੇਲੇ ਉਹ ਉਹਨੂੰ ਐਂ ਸੀ ਵੀ ਕੁੜੀਆਂ ਕੁੜੀਆਂ ਕੁੜੀ ਆ ਇਹ ਕੁੜੀਆਂ ਉੱਚੀ ਨਹੀਂ ਬੋਲਦੀਆਂ ਕੁੜੀਆਂ ਉੱਚੀ ਨਹੀਂ ਛਿੱਕਦੀ ਛਕ ਕੁੜੀਆਂ ਛਿੱਕ ਨਹੀਂ ਮਾਰਦੀਆਂ ਕੁੜੀਆਂ ਉੱਚੀ ਖੰਗਦੀਆਂ ਨਹੀਂ ਕੁੜੀਆਂ ਉੱਚੀ ਆ ਕੁੜੀਆਂ ਗਲੀ ਚ ਨਹੀਂ ਖੜਦੀਆਂ ਇੱਕ ਵਾਰ ਮੈਂ ਕਹਾਂ ਕੁੜੀਆਂ ਮਰ ਜਾਂਦੀਆਂ ਨੇ ਕਹਿੰਦੇ ਫੇਰ ਮਰ ਜਾ ਸੋ ਸੋ ਮੇਰਾ ਇਹ ਨਹੀਂ ਕਿ ਮੇਰੀ ਮਾਂ ਮੈਨੂੰ ਪਿਆਰ ਨਹੀਂ ਸੀ ਕਰਦੀ ਕਿਉਂਕਿ ਉਹਨੂੰ ਪਤਾ ਸੀਗਾ ਕਿ ਇਹ ਵਰਤਾਰਾ ਕਿੱਦਾਂ ਦਾ ਆ ਪਿਤਾ ਮੇਰਾ ਜਿਹੜਾ ਹੈਗਾ ਉਹ ਉਹ ਕਾਮਰੇਡ ਹੋਣ ਕਰਕੇ ਉਹਨੂੰ ਉਹਨੂੰ ਕੁੜੀ ਮੁੰਡੇ ਚ ਕੋਈ ਫਰਕ ਹੀ ਨਹੀਂ ਸੀ ਲੱਗਦਾ ਸੋ ਇਸ ਕਰਕੇ ਮੈਂ ਮੁੰਡਿਆਂ ਮੇਰੇ ਪਿਤਾ ਨੇ ਕਹਿਣਾ ਹੱਥ ਮਲਾ ਕੁੜੇ ਤੋ ਉਹ ਦੇਖ ਲਓ ਕਿਹੜਾ ਜ਼ਮਾਨਾ ਸੀਗਾ ਜਦਕਿ ਉਹਦੋਂ ਤਾਂ ਇੰਨੀਆਂ ਪਾਬੰਦੀਆਂ ਨੇ ਜਿਹੜੀਆਂ ਜ਼ਿਆਦਾਤਰ ਪਿਤਾ ਵੱਲੋਂ ਕੁੜੀਆਂ ਤੇ ਲਾਇਆਂ ਜਾਂਦਾ 60s ਦਾ ਜ਼ਮਾਨਾ ਹੋਵੇ ਔਰ ਪਿਤਾ ਮੇਰਾ ਕਹੇ ਪੈਰੀ ਹੱਥ ਲਾ ਆਪਣੇ ਮੇਰੇ ਨਾਨਾ ਜੀ ਕਹਿੰਦੇ ਵੀ ਕਲਸੀ ਕੁੜੀਆਂ ਨਹੀਂ ਪੈਰੀ ਹੱਥ ਲਾਉਂਦੀਆਂ ਹੁੰਦੀਆਂ ਕੁੜੀਆਂ ਸੱਸ ਜੀ ਕਲ ਬੁਲਾਉਂਦੀਆਂ ਹੁੰਦੀਆਂ ਤੋ ਉਹ ਮੇਰਾ ਪਿਤਾ ਇਸ ਕਿਸਮ ਦਾ ਮੇਰਾ ਪਿਤਾ ਸੀ ਤੋਂ ਆ ਆਮ ਪ੍ਰਾਊਡ ਆਫ ਮਾਈ ਫਾਦਰ ਹਾਂ ਜੀ ਇਸੇ ਲਈ ਮਨਜੀਤ ਇੰਦਰਾ ਉਹਨਾਂ ਦੀ ਕਵਿਤਾ ਦੇ ਬਰਾਬਰ ਹੀ ਉਹਨਾਂ ਦੀ ਬਾਕੀ ਆ ਜਿਹੜੀ ਉਹ ਬੜੀ ਮਸ਼ਹੂਰ ਹੈ ਨਾ ਚਾਹੇ ਉਹ ਸੱਤਾ ਤੇ ਵਿਅੰਗ ਹੋਣ ਚਾਹੇ ਉਹ ਫਿਰ ਸਾਇਤਿਕ ਗਲਿਆਰਿਆਂ ਤੇ ਵਿਅੰਗ ਹੋਣ ਇਹ ਬਾਕੀ ਆ ਜਿਹੜੀ ਹੁਣ ਤੱਕ ਜ਼ਿੰਦਗੀ ਦਾ ਹਿੱਸਾ ਰੱਖੀ ਹੈ ਇਹ ਕਿਵੇਂ ਆਪਣੇ ਆਪ ਨੂੰ ਹੁਣ ਤੱਕ ਇੱਥੋਂ ਤੱਕ ਬਦਲਿਆ ਨਹੀਂ ਕੁਝ ਵੀ ਆਪਣੇ ਦੇ ਨਹੀਂ ਦੇਖੋ ਬਦਲਿਆ ਜਾਂਦਾ ਨਹੀਂ ਹੁੰਦਾ ਹਾਂ ਜੀ ਤੁਸੀਂ ਥੋੜਾ ਚਿਰ ਲਈ ਕੁਝ ਬਦਲ ਸਕਦੇ ਹੋ ਥੋੜਾ ਚੇਰਲੀ ਤੁਸੀਂ ਬਦਲ ਲੈਣੇ ਹੋ ਆਪਣੇ ਆਪ ਨੂੰ ਲੇਕਿਨ ਜਿਹੜੀਆਂ ਉਹ ਕਹਿੰਦੇ ਨੇ ਵਾਦੜੀਆਂ ਸਵਾਦੜੀਆਂ ਨਿਭਣ ਸੇਰਾਂ ਦੇ ਨਾਲ ਇਹ 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 ਬਿਬਾਕੀ ਕੋਈ ਕੋਈ ਰਾਤੋਂ ਰਾਤ ਨਹੀਂ ਆਈ ਇਹ ਇਹ ਹੁਣ ਤੁਹਾਨੂੰ ਮੈਂ ਦੱਸਿਆ ਆਪਣੇ ਬਚਪਨ ਦੀਆਂ ਗੱਲਾਂ ਦੱਸੀਆਂ ਨੇ ਹਾਂਜੀ ਤੋਂ ਮੇਰਾ ਮਤਲਬ ਮੈਂ ਸ਼ੁਰੂ ਤੋਂ ਹੀ ਆਪਣੇ ਮਤਲਬ ਕਿ ਕੋਈ ਇਹ ਹੋਇਆ ਹੀ ਨਹੀਂ ਸੀ ਵੀ ਕੁੜੀਆਂ ਵਰਗੀ ਗੱਲ ਵੈਸੇ ਕੁੜੀਆਂ ਨੂੰ ਕੁੜੀਆਂ ਵਾਂਗੂ ਪਾਲਣਾ ਚਾਹੀਦਾ ਅੱਜ ਮੈਂ ਸੋਚਦੀ ਆ ਹਾਂਜੀ ਠੀਕ ਹੈ ਕਈ ਵਾਰੀ ਮੈਨੂੰ ਲੱਗਦਾ ਕਿ ਵੀ ਉਹ 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 ਮੈਨੂੰ ਅ ਸਰਦਾਰ ਅਮਰੀਕ ਸਿੰਘ ਪੂਨੀ ਹੋਮ ਸੈਕਟਰੀ ਹੁੰਦੇ ਸਨ ਉਹ ਕਈ ਵਾਰ ਕਹਿਣਾ ਉਹਨਾਂ ਨੇ ਮੈਨੂੰ ਉਹ ਬॉयਫਰੈਂਡ ਨੂੰ ਬॉयਫਰੈਂਡ ਕਹਿੰਦੇ ਹੁੰਦੇ ਸੀ ਅੱਛਾ ਜੀ ਤੂੰ ਤੂੰ ਕਦੀ ਕੁੜੀ ਦਾ ਲੱਗਿਆ ਕਰ ਹਾਂਜੀ ਤੋ ਮੈਂ ਕਹਣਾ ਮੈਂ ਸੂਟ ਪਾਇਆ ਹੋਇਆ ਸੋ ਇਹ ਇਹ ਸੂਟ ਪਾ ਕੇ ਇਹ ਜਿਹੜੇ ਤੁਹਾਡਾ ਤੁਹਾਡਾ ਵਰਤਾਰਾ ਜਿਹੜਾ ਤੁਸੀਂ ਕਿਦਾਂ ਵਰਤਾਰਾ ਕਰਦੇ ਹੋ ਕਿ ਮੁੰਡਿਆਂ ਨੂੰ ਆਪਾਂ ਸੋਚਦੇ ਆਂ ਵੀ ਓਪਨਲੀ ਓ ਖੁੱਲਾ ਖੁੱਲਾ ਡੁੱਲਾ ਬੋਲਦੇ ਨੇ। ਹੂੰ। ਤੋ ਜਾਂ ਮੈਂ ਕਿਸੇ ਗਲਤ ਗੱਲ ਦੇ ਨਾਲ ਸਮਝੌਤੇ ਨਹੀਂ ਕੀਤੇ। ਹਾਂਜੀ। ਨਾ ਮੈਨੂੰ ਮੈਂ ਘਰ ਚੋਂ ਮੇਰੇ ਮੇਰੇ ਪਿਤਾ ਨੇ ਵੀ ਨਹੀਂ ਕੀਤੇ। ਕੀਤੇ ਮੇਰੀ ਮਾਂ ਨੇ ਵੀ ਨਹੀਂ। ਹਾਂਜੀ। ਚਾਹੇ ਅਸੀਂ ਨੁਕਸਾਨ ਵੀ ਕਿਤੇ ਉਠਾਇਆ ਹੋਊਗਾ ਮੈਂ ਤਾਂ ਖਰ ਉਠਾਈ ਰਹੀ ਆਂ। ਹੂੰ। ਮੈਨੂੰ ਪਤਾ ਆ। ਤੋ ਇਸ ਕਰਕੇ ਇਹ ਬੇਬਾਕੀ ਇਸੇ ਤਰ੍ਹਾਂ ਹੀ ਆ। ਮੈਨੂੰ ਮੈਨੂੰ ਅ ਮੇਰੇ ਅ ਜਿਹੜਾ ਕਹਿੰਦੇ ਹੁੰਦੇ ਨੇ ਕਿ ਅ ਆਪਣੀ ਆਪਣੀ ਜਿਹੜੀ ਕਹਿੰਦੇ ਹੁੰਦੇ ਨੇ ਕਿ ਵੀ ਮੇਰੀ ਸੋਚ ਜਾਂ ਆਪਣੇ اخلاق ਦੇ ਖਿਲਾਫ ਮੈਨੂੰ ਕੁਝ ਵੀ ਮਨਜ਼ੂਰ ਨਹੀਂ ਹੈ ਹਾਂ ਜੇ ਕੋਈ ਕਿਤੇ ਇਦਾਂ ਦੀ ਗੱਲ ਹੁੰਦੀ ਆ ਤੇ ਫਿਰ ਉਹ ਉਹ ਲੋਕਾਂ ਨੂੰ ਚੰਗੀ ਵੀ ਨਹੀਂ ਲੱਗਦੀ ਹਾਂ ਉਹਨੂੰ ਕਹਿ ਲਓ ਵੀ ਲੋਕੀ ਬਹੁਤੇ ਲੋਕੀ ਸ਼ਾਇਦ ਇਸੇ ਕਰਕੇ ਪਸੰਦ ਵੀ ਨਾ ਕਰਦੇ ਹੋਣ ਹਾਂ ਸੋ ਮੈਂ ਸਮਝੌਤਿਆਂ ਦੇ ਵਿੱਚ ਜ਼ਿੰਦਗੀ ਮੈਨੇ ਜੀ ਵੀ ਹਾਂ ਜੀ ਤੁਹਾਡੇ ਇਸੇ ਸੁਭਾਅ ਦਾ ਹਿੱਸਾ ਹੈ ਕਿ ਵਾਰ-ਵਾਰ ਆਪਾਂ ਹਰ ਇੰਟਰਵਿਊ 'ਚ ਇਹ ਗੱਲ ਹੁੰਦੀ ਹੈ ਇਸ ਚੀਜ਼ ਦਾ ਜ਼ਿਕਰ ਕਰਦੇ ਬੇਸ਼ੱਕ ਚੰਗੇ ਨਹੀਂ ਲੱਗਦੇ ਪਰ ਇਸ ਚੀਜ਼ ਲਈ ਤੁਹਾਡੀ ਇੱਕ ਸਿਫਤ ਕਰਨੀ ਬਣਦੀ ਹੈ ਕਿ ਜਦੋਂ ਕਲਾ ਪ੍ਰਸ਼ਦ ਦੇ ਹਨਾ ਕੁਰਸੀ ਐਨੀ ਵੱਡੀ ਕੁਰਸੀ ਇੱਕ ਆਮ ਜੀ ਸ਼ਖਸੀਅਤ ਅਸੀਂ ਨਹੀਂ ਕਵਾਂਗੇ ਪਰ ਜੋ ਬੰਦਾ ਉਸ ਕੁਰਸੀ ਨੂੰ ਨਹੀਂ ਡਿਸਰਵ ਕਰਦਾ ਜਦੋਂ ਉਹਦੇ ਕੋਲੋਂ ਜਾਂਦੀ ਹੈ ਤਾਂ ਕਹਿੰਦੇ ਨੇ ਵੀ ਫਿਰ ਮਨਜੀਤਿੰਦਰਾ ਹੁਣਾਂ ਦਾ ਸ਼ਬਦ ਹੈ ਜਿਹੜੇ ਤਲਵਾਰ ਤੋਂ ਵੀ ਤਿੱਖੇ ਬਰੇ ਨੇ ਹਨਾ ਚਲੋ ਨਹੀਂ ਚਾਹੀਦਾ ਸੀਗਾ ਤੁਸੀਂ ਮੈਂ ਮੈਂ ਤਾਂ ਨਾ ਹੀ ਲੈਦਿਆਂ ਇਸ ਦਿਨ ਦਾ ਸੱਤੀ ਦੀ ਗੱਲ ਕਰਦੇ ਹੋ ਹਾਂਜੀ ਗਰੀਬਣੀ ਵਿਚਾਰੀ ਚਲੋ ਕੋਈ ਗੱਲ ਨਹੀਂ ਆ ਉਹ ਜਿੱਥੇ ਹੈ ਉਹ ਕੰਪੀਰਿੰਗ ਕਰਦੀ ਐ ਸਟੇਜ ਸੰਭਦੀ ਐ ਵਧੀਆ ਠੀਕ ਐ ਜਿਉਂਦੀ ਵਸਦੀ ਰਹੇ ਚਲੋ ਕਹਿੰਦੇ ਜਦੋਂ ਤੁਸੀਂ ਛੋਟੀ ਉਮਰ 'ਚ ਸੀ ਹਨਾ ਉਸ ਵੇਲੇ ਤੁਹਾਨੂੰ ਮਤਲਬ ਸੀਗਾ ਕਿਉਂਕਿ ਘਰ ਦੇ ਵਿੱਚ ਲਿਟਰੇਚਰ ਦਾ ਮਾਹੌਲ ਜ਼ਰੂਰ ਸੀ ਪਰ ਪੜਦੇ ਚੋਰੀ-ਚੋਰੀ ਸੀ ਤੁਹਾਡੀਆਂ ਕੁਝ ਕਸੇਲੀਆਂ ਜਿਹੜੀਆਂ ਹੁਣ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮਿਲਦੇ ਨੇ ਜਾਣਦੇ ਨੇ ਹਨਾ ਸਭ ਕੁਝ ਤੁਹਾਡਾ ਬਹੁਤ ਕੁਝ ਜ਼ਿੰਦਗੀ ਦਾ ਸਾਂਝਾ ਉਹਨਾਂ ਨਾਲ ਕਹਿੰਦੇ ਵੀ ਮਸ਼ਹੂਰ ਲੇਖਕਾਂ ਦੀਆਂ ਕਿਤਾਬਾਂ ਮਨਜੀਤਿੰਦਰ ਅਸਰਾਣੇ ਥੱਲੇ ਰੱਖ ਕੇ ਸੌਂਿਆ ਕਰਦੇ ਸੀ ਵੀ ਇੱਕ ਦਿਨ ਮੈਂ ਵੀ ਸ਼ਾਇਦ ਇਸੇ ਤਰ੍ਹਾਂ ਇੱਕ ਵੱਡੀ ਲੇਖਕਾ ਬਣ ਜਾਵਾਂ ਹੁਣ ਬਣ ਗਏ ਆ ਤਾਂ ਫਿਰ ਕਿਵੇਂ ਦਾ ਲੱਗਦਾ ਨਹੀਂ ਮੈਂ ਖਾਸ ਤੌਰ ਤੇ ਅਮਰਤਾ ਪ੍ਰੀਤਮ ਦੀਆਂ ਕਿਤਾਬਾਂ ਆਪਣੇ ਸਹਰਾਣੇ ਰੱਖ ਕੇ ਸੌਂਦੀ ਸੀ ਹਾਂਜੀ ਤਾਂ ਇੱਕ ਇੱਕ ਮੈਂ ਇੱਥੇ ਗੱਲ ਦੱਸਣੀ ਹੈ ਕਿ ਡੈਕਲੇਮ ਇੱਕ ਡੈਕਲੇਮੇਸ਼ਨ ਸੀਗਾ ਹਾਂਜੀ ਤੋਂ ਦੇ ਚ ਮੈਂ ਇੱਕ ਲਾਈਨ ਕਹੀ ਸੀ ਅਮਰਤਾ ਪ੍ਰੀਤਮ ਵਾਂਗੂ ਆ ਨਾ ਕਿਸੇ ਨੇ ਲਿਖਿਆ ਤੇ ਨਾ ਕੋਈ ਲਿਖ ਸਕੂਗੀ ਹਮ ਸਹੀ ਹੈ ਹਾਂਜੀ ਪਰ ਮੈਨੂੰ ਇਸ ਗੱਲ ਨੇ ਬੜਾ ਲਈ ਤੇ ਲਿਖ ਸਕੂਗੀ ਦਾ ਕੀ ਮਤਲਬ ਹੈ ਹਮ ਮੈਂ ਲਿਖੂਗੀ ਹਾਂਜੀ ਤੋਂ ਖੈਰ ਮੈਂ ਵੱਖਰਾ ਲਿਖਦੀ ਆ ਸਾਰਾ ਕੁਝ ਕਰਦੀ ਆ ਲੋਕੀ ਮੈਨੂੰ ਪਛਾਣਦੇ ਨੇ ਲੋਕਾਂ ਚ ਮੇਰੀ ਇੱਕ ਪਛਾਣ ਬਣੀ ਹੋਈ ਹੈ ਚੰਗੀ ਲੱਗਦੀ ਹੈ ਹਾਂਜੀ ਪਰ ਤੁਸੀਂ ਬਹੁਤ ਮਤਲਬ ਉਹਨਾਂ ਤੋਂ ਇਨਸਪਾਇਰ ਹੋ ਕੇ ਤੁਸੀਂ ਲਿਖਣਾ ਸ਼ੁਰੂ ਕੀਤਾ ਕਿਉਂਕਿ ਜਦੋਂ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਕੋਲ ਜਾਣੇ ਹੋ ਤਾਂ ਤੁਹਾਡੇ ਪਹਿਲੇ ਸ਼ਬਦ ਹੀ ਇਹ ਹੁੰਦੇ ਨੇ ਕਿ ਮੈਂ ਅਮਰਤਾ ਨੂੰ ਪੜ੍ਹਦੇ ਆ ਹਨਾ ਨਹੀਂ ਦੇਖੋ ਉਸ ਵੇਲੇ ਅ ਮੈਂ ਧੰਨਵਾਦੀ ਆ ਇੱਥੇ ਫਿਰ ਮੈਂ ਕਹਨੀ ਆ ਮੈਂ ਡਾਕਟਰ ਐਮ ਐਸ ਰੰਧਾਵਾ ਜੀ ਦੀ ਧੰਨਵਾਦੀ ਆ ਜਿਨ੍ਹਾਂ ਨੂੰ ਮੈਂ ਚਿੱਠੀ ਲਿਖਦੀ ਆ ਉਹ ਮੇਰੀ ਬੇਬਾਕੀ ਇੱਥੋਂ ਹੀ ਐ ਕਿ ਇੱਕ ਵਾਈਸ ਚੈਂਸਲਰ ਇੱਕ ਆਪਣਾ ਕਮਿਸ਼ਨਰ ਚੰਡੀਗੜ੍ਹ ਦਾ ਜਿਹੜਾ ਵਾਈਸ ਚੈਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਣਦੇ ਨੇ ਤੇ ਮੈਂ ਉਸ ਐਡੀ ਵੱਡੀ ਸ਼ਖਸੀਅਤ ਨੂੰ ਚਿੱਠੀ ਲਿਖ ਰਹੀ ਆ ਇੱਕ ਟੀਨੇਜ ਦੀ ਕੁੜੀ ਚਿੱਠੀ ਲਿਖ ਰਹੀ ਆ ਵੀ ਮੈਂ ਕਵਤਾ ਲਿਖਦੀ ਐ ਹਾਂਜੀ ਮੇਰੀ ਕਿਤਾਬ ਦਾ ਮੁਖਬੰਦ ਲਿਖੋ ਹਾਂ ਮੈਂ ਕਿਤਾਬ ਛਾਪਣੀ ਐ ਹਾਂਜੀ ਤੋਂ 2 ਮਹੀਨੇ ਬਾਅਦ ਉਹ ਵਿਦੇਸ਼ ਗਏ ਹੋਏ ਸੀ 2 ਮਹੀਨੇ ਬਾਅਦ ਮੈਨੂੰ ਜਵਾਬ ਦਿੰਦੇ ਨੇ ਹਾਂ ਤੋਂ ਉਹ ਐਮਐਸ ਰੰਧਾਵਾ ਨੇ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਨਾਲ ਮਿਲਾਇਆ ਹਾਂਜੀ ਤੋਂ ਬੜੀ ਧੰਨਵਾਦੀ ਆ ਉਹਨਾਂ ਦੀ ਤੋਂ ਜਿੱਥੇ ਮੈਂ ਗੱਲ ਕਰਦੀ ਆ ਕਿ ਵੀ ਮੈਂ ਜਦੋਂ ਉਹਨਾਂ ਨੂੰ ਮਿਲਣ ਜਾਨੀ ਆ ਮੋਨ ਸਿੰਘ ਨੂੰ ਪ੍ਰੈਸਰ ਨੂੰ ਕਿ ਮੈਨੂੰ ਕਹਿੰਦੇ ਨੇ ਅੱਛਾ ਫਿਰ ਇੱਕ ਅਧ ਕਵਤਾ ਸੁਣਾ ਛੋੜੋ ਹਾਂਜੀ ਉਹਨਾਂ ਦਾ ਇਹ ਅੱਧਾ ਮਾਨਸੀ ਹਾਫ ਹਾਰਟਡ ਦੀ ਵੀ ਨਿਆਣੀ ਜੀ ਕੁੜੀ ਕੀ ਲਿਖਦੀ ਹੋਊਗੀ ਏ ਹਾਂਜੀ ਉਹ ਨਰੂਪਮਾ ਦੱਤ ਨੇ ਜਦੋਂ ਮੇਰੀ ਕਿਤਾਬ ਰਿਲੀਜ਼ ਹੋਈ ਤਾਰਿਆਂ ਦਾ ਛੱਜ ਤੇ ਨਰੂਪਮਾ ਦੱਤ ਨੇ ਹਰ ਸੈਲਡ ਡੇਜ਼ ਵਿਦ ਮੋਨ ਸਿੰਘ ਲਿਖਿਆ ਇੰਡੀਅਨ ਐਕਸਪ੍ਰੈਸ 'ਚ ਹਾਂਜੀ ਕਿ ਮੁੰਜੀ ਤਿੰਦਰਾ ਦੇ ਅਲੜ ਦਿਨ ਪ੍ਰੈਸਰ ਮੌਨ ਸਿੰਘ ਦੇ ਨਾਲ ਹਾਂਜੀ ਤੋਂ ਕਹਿੰਦੀ ਆਪਣੇ ਕੱਚੀਆਂ ਜਿਹੀਆਂ ਕਵਤਾਵਾਂ ਬੜੀ ਦਲੇਰੀ ਨਾਲ ਸੁਣਾਉਣ ਗਈ ਬਿਲਕੁਲ ਸਹੀ ਹੈ ਅੱਛਾ ਕਿ ਮੈਂ ਇੱਕ ਟੀਨੇਜ ਦੀ ਪੋਇਟਰੀ ਮੈਂ ਇੱਕ ਐਡੇ ਵੱਡੇ ਸ਼ਾਇਰ ਨੂੰ ਸੁਣਾਉਣ ਗਈ ਜੀ ਮੈਂ ਕਵਤਾ ਲਿਖਦੀ ਆ ਮੁਕਬੰਦ ਲਿਖੋ ਉਹਨਾਂ ਨੇ ਹਾਫ ਹਾਰਟਲੀ ਮੈਨੂੰ ਕਿਹਾ ਕਿ ਵੀ ਸੁਣਾ ਛੋੜੋ ਕੋਈ ਇੱਕ ਅੱਧ ਕਵਤਾ ਹਾਂਜੀ ਤੇ ਮੈਨੂੰ ਉਹਨਾਂ ਦਿਨਾਂ 'ਚ ਬਿਲਕੁਲ ਇਹ ਪਤਾ ਨਹੀਂ ਸੀ ਕਿ ਮੈਂ ਉਹ ਉਹ ਸਮਝਣ ਜੋਗੀ ਹੀ ਨਹੀਂ ਸੀ ਕਿਉਂਕਿ ਸਾਹਿਤਕ ਉਸ ਕਿਸਮ ਦਾ ਸਾਹਿਤਕਾਰਾਂ ਦਾ ਘਰ ਨਹੀਂ ਸੀ ਮੇਰਾ ਸਾਹਿਤਕ ਘਰ ਸੀਗਾ ਹਾਂਜੀ ਜਦ ਕਿ ਸੰਤ ਸਿੰਘ ਸਿੱਖੋਂ ਤੁਹਾਡੇ ਪਿਤਾ ਦੇ ਟੀਚਰ ਸੀ ਪਰ ਸਰ ਮੋਹਨ ਸਿੰਘ ਮੇਰੇ ਪਿਤਾ ਦੇ ਟੀਚਰ ਸੀ ਪਰ ਸਰ ਮੋਹਨ ਸਿੰਘ ਨੂੰ ਮਲਾਉਣ ਵਾਲੀ ਮੈਂ ਹੀ ਸੀ ਐਨੇ ਸਾਲਾਂ ਬਾਅਦ ਹਾਂਜੀ ਤੋਂ ਸੰਤ ਸਿੰਘ ਸਿੱਖੋਂ ਦੇ ਦਾ ਬ੍ਰਦਰ ਮੇਰੇ ਫਾਦਰ ਦੇ ਮਿੱਤਰ ਸੀਗੇ ਜਿਨ੍ਹਾਂ ਦਾ ਬੇਟਾ ਸੇਖੋਂ ਹਾਊਸ ਹੈ ਉੱਤੇ ਜਦੋਂ ਮੈਂ ਕੈਨੇਡਾ ਵੀ ਗਈਆਂ ਤੇ ਬ੍ਰੈਮਟਨ 'ਚ ਮੇਰੀ ਸਾਰੇ ਫੰਕਸ਼ਨਸ ਉੱਤੇ ਦੋ ਤਿੰਨ ਹੋਏ ਉਹਨਾਂ ਦੇ ਉੱਥੇ ਉਹਨਾਂ ਦੇ ਬੇ ਸੇਖੋਂ ਹਾਲ ਦੇ ਵਿੱਚ ਤਾਂ ਖੈਰ ਮੈਨੂੰ ਨਹੀਂ ਸੀ ਪਤਾ ਕਿ ਪ੍ਰੋਫੈਸਰ ਮੋਨ ਸਿੰਘ ਨੇ ਮੇਰੀ ਕਵਿਤਾ ਸਿਰਫ ਇਸ ਕਰਕੇ ਪਸੰਦ ਕੀਤੀ ਕਿ ਉਹ ਅਮਰਤਾ ਲਈ ਸੀ ਅਮਰਤਾ ਬਾਰੇ ਸੀ ਤਾਂ ਇਹੀ ਕਾਰਨ ਸੀ ਕਿ ਉਹਨਾਂ ਦੇ ਸਾਹਾਂ ਤੱਕ ਮੈਂ ਪ੍ਰੈਸ ਸਾਹਿਬ ਦੇ ਨਾਲ ਰਹੀ ਤੇ ਪ੍ਰੈਸ ਸਾਹਿਬ ਨੇ ਅਮਰਤਾ ਦੀਆਂ ਹੀ ਗੱਲਾਂ ਕੀਤੀਆਂ ਮੇਰੇ ਨਾਲ ਉਤਾਰਿਆਂ ਦੇ ਛੱਜ ਤੁਸੀਂ ਪੜ ਸਕਦੇ ਹੋ ਹਾਂਜੀ ਸੋ ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਮੈਨਾਂ ਉਹਨੂੰ ਕਵਤਾਵਾਂ ਸੁਣਾਈਆਂ ਤੋਂ ਮੇਰੀ ਜਦੋਂ ਮੈਨੂੰ ਕਹਿੰਦੇ ਆ ਉਹ ਉਹ ਕਿਤਾਬ ਜਿਹੜੀ ਤਾਰਿਆਂ ਦਾ ਛੱਜ ਹੈ ਉਹ ਜਿਹੜੇ ਨਵੇਂ ਬੱਚੇ ਨੇ ਨਵੇਂ ਕਵਤਾ ਲਿਖਣ ਵਾਲੇ ਕਹਾਣੀ ਨਵੇਂ ਲੇਖਕ ਨੇ ਉਹਨਾਂ ਵਾਸਤੇ ਪੜਨੀ ਇਸ ਕਰਕੇ ਜ਼ਰੂਰੀ ਹੈ ਕਿਉਂ ਪ੍ਰੈਸਰ ਮੋਹਨ ਸਿੰਘ ਮੈਨੂੰ ਨਹੀਂ ਕਹਿ ਰਹੇ ਕਿ ਤੂੰ ਆ ਜਾਇਆ ਕਾਰਕਵਤਾ ਸੁਣਾਇਆ ਜਾਇਆ ਕਰ ਜਿਸ ਦਿਨ ਤੇਰਾ ਕਾਬ ਹੁਨਰ ਤੇਰੇ ਦਿਲ ਦਾ ਹਾਣੀ ਹੋ ਗਿਆ ਦੁਨੀਆ ਆਪੇ ਮੰਨ ਜਾਏਗੀ ਚਿੱਠੀ ਲਿਖੀ ਮੈਨੂੰ ਉਹਨਾਂ ਨੇ ਉਹਨਾਂ ਨੇ ਮੈਨੂੰ ਬਹੁਤ ਸਾਰਾ ਸਾਹਿਤ ਪੜਾਇਆ ਕਿ ਕਵਤਾ ਲਿਖਣੀ ਹੈ ਫੁਲਾਣੇ ਨੂੰ ਪੜੋ ਫੁਲਾ ਮਰਤਾ ਨੂੰ ਪੜੋ ਹਾਲੀ ਦੇ ਕਹਿੰਦਾ ਮੈਨੂੰ ਵੀ ਪੜੋ ਹਾਂਜੀ ਅੰਗਰੇਜ਼ੀ ਲਿਟਰੇਚਰ ਪੜਾਇਆ ਰਸ਼ੀਅਨ ਲਿਟਰੇਚਰ ਪੜਾਇਆ ਹਾਂਜੀ ਹਿੰਦੀ ਲਿਟਰੇਚਰ ਪੜਾਇਆ ਗੀਤਾ ਕੇ ਮਹਾਦੇਵੀ ਵਰਮਾ ਪੜਾਈ ਕਿ ਗੀਤ ਲਿਖਦੀ ਹੈ ਕਿਉਂਕਿ ਮੇਰੀ ਪਹਿਲੀ ਕਿਤਾਬ ਸਾਰੀ ਗੀਤ ਸੀਗੀ ਗੀਤ ਹੈ ਅੰਤਕਾਰਨ ਕੇ ਗੀਤ ਲਿਖਦੀਆਂ ਮਹਾਦੇਵੀ ਵਰਮਾ ਨੂੰ ਪੜ ਤੋ ਇਹ 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 ਲੋਕਾਂ ਨੂੰ ਪੜਨਾ ਚਾਹੀਦਾ ਹੈ ਇੱਕਦਮ ਚਾਰ ਕਵਤਾਵਾਂ ਲਿਖੀਆਂ ਅ ਅੱਜਕੱਲ ਫੇਸਬੁਕ ਤੇ ਆ ਜਾਂਦੀਆਂ ਨੇ ਤੁਸੀਂ ਪੜਦੇ ਨਹੀਂ ਕੋਈ ਨਹੀਂ ਪੜਦਾ ਲਾਈਕ ਕਰਦੇ ਨੇ ਲਿਖਣਗੇ ਵੈਰੀ ਗੁੱਡ ਸੋ ਇਹ ਇਹ ਵੀ ਮੈਨੂੰ ਕੀ ਲੋੜ ਹੈ ਮੈਂ ਉਹਦੇ ਉਹਨੂੰ ਕਰਾਂ ਸੋ ਇੱਥੇ ਕੀ ਹੈ ਕਿ ਸਾਹਿਤ ਸਭਾਵਾਂ ਕਿਉਂ ਨਹੀਂ ਮੈਂ ਅੱਗੇ ਵੀ ਗੱਲ ਕੀਤੀ ਸੀ ਸਾਹਿਤ ਸਭਾਵਾਂ ਕਿਉਂ ਨਹੀਂ ਸ਼ਾਇਦ ਸਭ 아마 ਇਸ ਕਰਕੇ ਨੇ ਕਿ ਨਵੇਂ ਲੇਖਕਾਂ ਨੂੰ इवन ਪੁਰਾਣੇ ਲੇਖਕਾਂ ਨੂੰ ਇੱਕ ਦਿਨ ਰੱਖਿਆ ਰੱਖਿਆ ਜਾਵੇ ਵੀ ਇਹ ਕਹਾਣੀ ਪੜੇ ਕੋਈ ਬੰਦਾ ਉਸ ਕਹਾਣੀ ਤੇ ਚਰਚਾ ਹੋਵੇ ਬਿਲਕੁਲ ਬੱਚੇ ਕਵਤਾਵਾਂ ਪੜਨ ਉਸ ਕਵਤਾ ਤੇ ਚਰਚਾ ਹੋਵੇ ਕਿ ਇਸ ਕਵਤਾ ਦੇ ਵਿੱਚ ਇਹ ਸ਼ਬਦ ਆਉਣੇ ਚਾਹੀਦੇ ਨੇ ਆ ਆਉਣੇ ਚਾਹੀਦੇ ਨੇ ਔਰ ਜਿਹੜੀ ਉਹ ਚਰਚਾ ਆ ਨਰੋਲ ਨਰੋਲ ਕੇ ਕਿਸੇ ਦੀ ਉਲਾਰੂ ਨਾ ਹੋਵੇ ਬੈਲੈਂਸਡ ਹੋਵੇ ਤੋਂ ਨਹੀਂ ਹੋ ਰਹੀ ਹੈ ਤੁਹਾਡੇ ਇਸੇ ਜਵਾਬ ਚੋਂ ਮੇਰੇ ذہن 'ਚ ਕਈ ਗੱਲਾਂ ਆ ਗਈਆਂ ਮੈਂ ਚਾਹੂੰਗੀ ਕਿ ਤਰਤੀਬ 바ਰ ਮੈਂ ਸਾਰੀਆਂ ਗੱਲਾਂ ਦਾ ਜ਼ਿਕਰ ਕਰੂੰਗੀ ਸਭ ਤੋਂ ਪਹਿਲਾ ਹੈ ਕਿ ਅਮਰਤਾ ਪ੍ਰੀਤਮ ਹੁਣਾ ਨਾਲ ਤੁਹਾਡੀ ਸਾਂਝ ਰਹੀ ਹੈ ਕੁਝ ਸਮਾਂ ਹੈ ਨਾ ਤੁਹਾਨੂੰ ਉਹਨਾਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਪਰ ਬੜੇ ਉਸ ਤੋਂ ਬਾਅਦ ਜਿਹੜਾ ਇੱਕ ਟਾਈਮ ਇਹੋ ਜਿਹਾ ਸੀ ਵੀ ਤੁਹਾਡੇ ਕੁਝ ਕਰਕਤ ਪਲ ਵੀ ਨੇ ਜਿਹੜੇ ਤੁਹਾਨੂੰ ਮਤਲਬ ਲੱਗਿਆ ਕਿ ਹਨਾ ਇੱਕ ਇੰਨੀ ਮਹਾਨ ਕਵਿਤਰੀ ਹੋ ਕੇ ਜਿਹੜੇ ਮਨਜੀਤ ਹੰਦਰ ਇੰਦਰਾ ਹੁਣਾ ਨਾਲ ਦਵਮੀ ਘਟਵੀ ਜਿਹੜੀ ਰੰਜਿਸ਼ ਉਹ ਚੱਲਦੀ ਰਹੀ ਹੈ ਉਹਦਾ ਜੇ ਆਪਾਂ ਜ਼ਿਕਰ ਨਾ ਕਰੀਏ ਤਾਂ ਮੇਰੇ ਖਿਆਲ ਇੰਟਰਵਿਊ ਹੈ ਜਿਹੜੀ ਉਹ ਅਧੂਰੀ ਰਹਿ ਜਾਣੀ ਆ ਬੜਾ ਹੋ ਚੁੱਕਾ ਆ ਇਹ ਬੜਾ ਹੋ ਚੁੱਕਾ ਹੈ ਇਹ ਇਸ ਗੱਲ ਤੇ ਕਰਨਾ ਪੰਡਾ ਦੇਖੋ ਅਮਰਤਾ ਹੁਣਾ ਦੇ ਨਾਗਮਣੀ ਦਾ ਮੈਂ ਇੱਕ ਹਿੱਸਾ ਰਹੀ ਆ ਹਾਂਜੀ 1970 ਤੋਂ ਲੈ ਕੇ 92 ਤੱਕ ਹਾਂਜੀ ਅੱਜ ਇਹਦੇ ਵਿੱਚ ਮੈਂ ਪਹਿਲੇ ਚੇਤਰ ਨਾਲ ਵੀ ਛਪੀ ਆਪਣੀਆਂ ਇੰਟਰਵਿਊਜ਼ ਨਾਲ ਛਪੀ ਹਾਂਜੀ ਤੋਂ ਜਦੋਂ 92 ਮੈਂ ਉਹਨਾਂ ਨੂੰ ਮਿਲਣ 80 ਚ ਮਿਲਣ ਗਏ ਨਹੀਂ ਸੌਰੀ 80 ਤੱਕ ਮੇਰਾ ਰਿਸ਼ਤਾ ਰਿਹਾ 92 ਤੱਕ ਨਹੀਂ 80 ਤੱਕ ਅ ਅਮਰਤਾ ਹੁਣਾ ਨਾਲ ਮੇਰਾ ਰਿਸ਼ਤਾ 80 ਤੱਕ ਰਿਹਾ 10 ਸਾਲ ਹੀ ਤੁਸੀਂ ਕਹਿ ਸਕਦੇ ਹੋ ਹਾਂਜੀ ਅ ਜਦੋਂ ਮੈਂ 80 ਵਿੱਚ ਅਮਰਤਾ ਪ੍ਰੀਤਮ ਹੁਣਾ ਨੂੰ ਮਿਲਣ ਜਾਣੀ ਆ ਤੇ ਉਹਨਾਂ ਦਾ ਪਹਿਲਾ ਹੀ ਸਵਾਲ ਜਿਹੜਾ ਸੀ ਤਾਰੇ ਸੱਚ ਮੈਂ ਜ਼ਿਕਰ ਕੀਤਾ ਸੁਣਾ ਫਿਰ ਮਨਜੀਤਿੰਦਰਾ ਮੋਹਨ ਸਿੰਘ ਦੀ ਮੌਤ ਕਿੰਜ ਮਹਿਸੂਸ ਕੀਤੀ ਤੂੰ ਹਾਂਜੀ ਮੈਂ ਬੜੀ ਵਾਰ ਇਹ ਕਹਿ ਚੁੱਕੀ ਹਾਂ ਮੇਰਾ ਖਿਆਲ ਹੈ ਕਿ ਲੋਕੀ ਪਾਠਕ ਵੀ ਥੋੜੇ ਜਿ ਸਰੋਤੇ ਵੀ ਦੇ ਦਰਸ਼ਕ ਵੀ ਥੋੜੇ ਜਿ ਅੱਕ ਗਏ ਹੋਣੇ ਆ ਨਹੀਂ ਨਹੀਂ ਪਰ ਅੰਦਰਲੀ ਜਿਹੜੀ ਉਹਨੇ ਬੜਾ ਮਤਲਬ ਕਿ ਨਾ ਇੱਕ ਇੱਕ ਮੈਂ ਉਸ ਵੇਲੇ ਸਮਝਣ ਜੋਗੀ ਸ਼ਾਇਦ ਨਹੀਂ ਸੀਗੀ ਮੈਂ ਰੂਪੀ ਸੀ ਕਿ ਮੈਂ ਉਹਨੂੰ ਕਿਹਾ ਸੀਗਾ ਕਿ ਮੈਨੂੰ ਇਹੋ ਲੱਗਾ ਕਿ ਇੱਕ ਸਨੇਹੀ ਜਿਹੇ ਹੱਥ ਮੇਰੇ ਸਿਰ ਤੋਂ ਉੱਠ ਗਿਆ ਤੇ ਉਹਦੇ ਵਾਂਗੂ ਪੁੱਤਰ ਮੈਨੂੰ ਕਿਸੇ ਨਹੀਂ ਕਹਿਣਾ ਬਿਲਕੁਲ ਤੇ ਉਹਨਾਂ ਨੇ ਮੇਰਾ ਇਹ ਪੁੱਤਰ ਸ਼ਬਦ ਲੈ ਕੇ ਇਮਰੋਜ਼ ਨੇ ਕਿਹਾ ਸੀ ਕਿ ਜਿਹੜੇ ਵੀ ਲੇਖਕ ਸ਼ਾਇਰ ਆਇਆ ਕਰਦੇ ਸੀ ਪੰਜਾਬ ਤੋਂ ਅਕਸਰ ਦੱਸਿਆ ਕਰਦੇ ਸੀ ਅੱਜ ਕੱਲ ਮੋਹਨ ਸਿੰਘ ਇੱਕ ਖੂਬਸੂਰਤ ਛੋਟੀ ਜਿਹੀ ਕੁੜੀ ਇੰਦਰਾ ਨੂੰ ਇਸ਼ਕ ਕਰਦਾ ਹੈ ਨਾਲੇ ਪੁੱਤਰ ਤੇਰਾ ਨਾਂ ਸੀ ਅੱਛਾ ਜੀ ਇਹ ਇਹ ਇੱਕ ਕਿੱਡੀ ਇੱਕ ਧਿਆਨਤਦਾਰੀ ਵਾਲੀ ਗੱਲ ਸੀ ਚਲੋ ਐਨੀ ਹਾਉ ਮੈਂ ਅਮਰਤਾਨ ਕਿਹਾ ਮੈਂ ਕਾਮਰਤਾ ਉਹ ਤੇ ਤੈਨੂੰ ਪਿਆਰ ਕਰਦਾ ਸੀ ਹਮ ਜਦ ਕਿ 15 ਸਾਲ ਦੀ ਤਕਰੀਬਨ 15 16 ਸਾਲ ਦੀ ਉਮਰ ਸੀ ਜਦੋਂ ਤੋਂ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਹੋਣਾ ਨਾਲ ਜਿਹੜਾ ਵਕਤ ਹੈ ਨਾ ਇੱਕ ਆ ਇੱਕ ਸਾਂਝਾ ਵਕਤ ਗੁਜ਼ਾਰਿਆ ਉਹਨਾਂ ਦੀ ਮੌਤ ਤੱਕ ਦਾ ਤੇ ਇਹੋ ਜਿਹਾ ਜਿਹੜਾ ਜਵਾਬ ਸੁਣਨਾ ਕਿਸੇ ਦੇ ਮੂੰਹ ਬੜੀ ਤੱਕੇ ਵਾਲੀ ਗੱਲ ਹੋ ਜਾਂਦੀ ਚਲੋ ਕੋਈ ਨਹੀਂ ਉਹਨਾਂ ਦੀ ਆਪਣੀ ਸੀ ਉਹ ਵੱਡੀ ਸ਼ਾਇਰਾ ਆ ਹਾਂਜੀ ਮੈਂ ਸਮਝ ਨਹੀਂ ਆ ਕਿ ਵੱਡੀ ਸ਼ਾਇਰਾ ਆ ਸਾਰਾ ਸਾਰਾ ਕੁਝ ਮਾਫ ਹੋਣਾ ਚਾਹੀਦਾ ਠੀਕ ਹੈ ਕੋਈ ਗੱਲ ਨਹੀਂ ਹਾਂ ਮੈਨੂੰ ਚੰਗਾ ਜ਼ਰੂਰ ਨਹੀਂ ਸੀ ਲੱਗਿਆ ਜਦੋਂ ਉਹਨਾਂ ਨੇ ਕਿਹਾ ਸੀ ਆਈ ਹੇਟ ਮੋਹਨ ਸਿੰਘ ਹਾਂਜੀ ਤੋਂ ਮੋਹਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਦਾ ਸਾਨੀ ਕੋਈ ਵੀ ਨਹੀਂ ਹੈ ਹਾਂ ਉਹ ਲੇਜੈਂਡਰੀ ਪੋਇਟ ਹੈ ਅਮਰਤਾ ਪ੍ਰੀਤਮ ਜੀ ਵੀ ਲੇਜੈਂਡਰੀ ਸਾਡੇ ਪੋਇਟ ਨੇ ਮੈਂ ਤਾਂ ਦੋਨਾਂ ਦਾ ਸਤਿਕਾਰ ਕਰਦੀ ਆ ਓਡਾ ਹੀ ਵੱਡਾ ਤੁਹਾਡੇ ਮਨ ਚ ਮੇਰੇ ਲਈ ਕੀ ਹੈ ਮੈਨੂੰ ਨਹੀਂ ਪਤਾ ਮੇਰੇ ਮਨ ਚ ਤੁਹਾਡੇ ਲਈ ਕੀ ਹੈ ਤੁਹਾਨੂੰ ਨਹੀਂ ਪਤਾ ਕੋਈ ਵੀ ਬੰਦਾ ਕਿਸੇ ਤੋਂ ਸਲਾਹ ਲੈਣ ਜਾ ਸਕਦਾ ਹੈ ਕੋਈ ਵੀ ਬੰਦਾ ਕਿਸੇ ਨਾਲ ਗੱਲ ਕਰਨ ਜਾ ਸਕਦਾ ਹੈ ਮੈਂ ਮੈਂ ਕਿਸੇ ਨੂੰ ਪਿਆਰ ਕਰ ਰਹੀ ਆ ਮੈਂ ਕਰ ਰਹੀ ਆ ਉਹ ਬੰਦਾ ਮੈਨੂੰ ਪਿਆਰ ਨਹੀਂ ਕਰਦਾ ਤੇ ਮੈਂ ਉਹਨਾਂ ਸਿਰ ਚਿਰ ਸਿਰ ਪਾੜਨ ਜਾਉਂਗੀ ਉਹਦਾ ਮੈਂ ਜੇ ਕੋਈ ਮੈਨੂੰ ਪਿਆਰ ਕਰ ਰਿਹਾ ਹੈ ਉਹ ਬੰਦਾ ਮੈਨੂੰ ਕਹਿੰਦਾ ਕਿ ਆਈ ਲਵ ਯੂ ਕਹਿ ਵੀ ਦਿੰਦਾ ਵੀ ਮੈਂ ਤੈਨੂੰ ਪਿਆਰ ਕਰਦਾ ਤੇ ਮੈਂ ਕਹੂੰ ਅੱਛਾ ਵੀ ਠੀਕ ਹੈ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਪਰ ਮੈਂ ਤੈਨੂੰ ਪਿਆਰ ਨਹੀਂ ਕਰਦੀ ਜਾਂ ਤੁਸੀਂ ਚੁੱਪ ਕਰ ਜਾਓ ਇਹ ਤਾਂ ਤੁਸੀਂ ਨਹੀਂ ਕਹੋਗੇ ਕਿ ਆਈ ਹੇਟ ਹਿਮ ਹੇਟ ਤੁਸੀਂ ਕਿਹਨੂੰ ਕਰੋਗੇ ਜਿਹਨੂੰ ਤੁਸੀਂ ਮੁਹੱਬਤ ਕਰਦੇ ਹੋ ਜਿਹਦੇ ਨਾਲ ਜਿਹਨਾਂ ਨਾਲ ਤੁਹਾਡੀਆਂ ਸਾਂਝਾਂ ਨੇ ਤੁਸੀਂ ਉਸ ਉਸ ਨੂੰ ਉਸ ਨੂੰ ਹੇਟ ਕਰੋਗੇ ਸੜਕ 'ਤੇ ਤੁਰੇ ਜਾਂਦੇ ਬੰਦੇ ਨੂੰ ਹੇਟ ਕਿਵੇਂ ਕਰ ਲੋਂਗੇ ਬਿਲਕੁਲ ਤੂੰ ਤੋ ਮੇਰੇ ਕੋਲ ਆਈ ਐ ਮੈਂ ਕਹੂੰਗੀ ਮੈਂ ਹੇਟ ਯੂ ਕਿਉਂ ਬਈ ਤੂੰ ਕਾੜੀ ਹੋਵੇਂ ਗੋਰੀ ਹੋਵੇਂ ਚਿੱਟੀ ਹੋਵੇਂ ਜੋ ਮਰਜ਼ੀ ਹੋਵੇ ਜਿੰਨਾ ਚਿਰ ਮੈਂ ਤੇਰੇ ਨਾਲ ਵਰਤ ਵਰਤਾਰਾ ਨਹੀਂ ਕਰਦੀ ਤੇਰੀਆਂ ਗੱਲਾਂ ਮੈਨੂੰ ਚੰਗੀਆਂ ਲੱਗਣਗੀਆਂ ਕੁਛ ਨਹੀਂ ਚੰਗੀਆਂ ਲੱਗੀਆਂ ਬਹੁਤ ਜ਼ੋਰ ਕਰ ਤੂੰ ਬਾੜੀਆਂ ਗੱਲਾਂ ਕਰੀ ਜਾਣਗੀਆਂ ਤੇ ਮੈਂ ਤੈਨੂੰ ਕਹੂੰਗੀ ਵੀ ਨੋ ਨੋ ਫਿਰ ਮੈਂ ਹੇਟ ਨਹੀਂ ਕਰੂੰਗੀ ਹੋ ਹੇਟ ਨਹੀਂ ਹੋਏਗੀ ਮੈਂ ਲਾਈਕ ਨਹੀਂ ਕਰੂੰਗੀ ਤੈਨੂੰ ਵੱਡੀ ਨਫ਼ਰਤ ਅਕਸਰ ਵੱਡੀ ਮੁਹੱਬਤ ਦੇ ਜਿਹੜੇ ਭੜੇ ਤਜਰਬੇ ਹੁੰਦੇ ਨੇ ਉਹਨਾਂ ਚੋਂ ਉਪਜਦੀ ਹੈ ਹਨਾ ਇਹ ਤੁਸੀਂ ਇਨਡਾਇਰੈਕਟਲੀ ਜਿਹੜੀ ਗੱਲ ਕਹਿ ਸਕਦੇ ਹੋ ਕਹਿ ਸਕਦੇ ਆਪਾਂ ਤੁਸੀਂ ਵੀ ਇਸ ਚੀਜ਼ ਦਾ ਖਮਿਆਜਾ ਭੁਗਤਿਆ ਕਿਉਂਕਿ ਤਾਰਿਆਂ ਦਾ ਸਾਜ ਜਦੋਂ ਪ੍ਰੀਤ ਲੜੀ ਚ ਹਨਾ ਛਪਣਾ ਸ਼ੁਰੂ ਹੋਇਆ ਤਾਂ ਅੰਦਰਲੇ ਭਾਵ ਜਾਂ ਕਹੇ ਲਾ ਕਿ ਸਿੱਧੇ ਤੌਰ ਤੇ ਤਾਂ ਤੁਸੀਂ ਵੀ ਇਹੀ ਗੱਲ ਕਹਿੰਦੇ ਹੋ ਕਿ ਉਹਨਾਂ ਉਹ ਨਾ ਛਪਣ ਦੇ ਪਿੱਛੇ ਵੀ ਅਮਰਤਾ ਪ੍ਰੀਤਮ ਹੋਣਾ ਦਾ ਇੱਕ ਵੱਡਾ ਹੱਥ ਸੀ ਹਾਂ ਉਹ ਮੈਨੂੰ ਸੰਤੋਖ ਸਿੰਘ ਧੀਰ ਹੋਣੇ ਮਿਲੇ ਹਾਂਜੀ ਮੈਂ ਉਹਨਾਂ ਦਾ ਇਤਰਾਮ ਕਰਦੀ ਆਂ ਤਾਰਿਆਂ ਦੇ ਛੱਜ ਕਰਕੇ ਉਹ ਮੈਨੂੰ ਮੇਰੇ ਬਹੁਤ ਨੇੜੇ ਸੀ ਹਾਂਜੀ ਅ ਕਹਿੰਦੇ ਮੈਨੂੰ ਬੱਸ ਸਟੈਂਡ ਤੇ ਮਿਲੇ ਮੁਹਾਲੀ ਦੇ ਉਦੋਂ ਮੁਹਾਲੀ ਦਾ ਇਹ ਨਹੀਂ ਸੀ ਹੁੰਦਾ ਇਸ ਕਿਸਮ ਦੀ ਮੁਹਾਲੀ ਨਹੀਂ ਸੀ ਹੁੰਦੀ ਹਾਂਜੀ ਸੋ 6 ਫੇਸ ਦੇ ਵਿੱਚ ਦਾ ਇੱਕ ਫੇਸ ਦੇ ਮੁਹਾਲੀ ਦੇ ਬੱਸ ਸਟੈਂਡ ਤੇ ਖੜੇ ਸੀ ਤੇ ਮੈਂ ਆਪਣੇ ਸਕੂਟਰ ਤੇ 6 ਫੇਸ ਕਾਲਜ ਤੋਂ ਜਾ ਰਹੀ ਸੀ ਤੇ ਮੈਂ ਦੇਖ ਕੇ ਰੁਕ ਗਈ ਤੇ ਮੈਨੂੰ ਕਹਿੰਦੇ ਮਨਜੀਤਿੰਦਰਾ ਬਿ ਜਿਵੇਂ ਤੂੰ ਉਹ ਤਾਰਿਆਂ ਦਾ ਛੱਜ ਲਿਖ ਰਹੀ ਆ ਨਾ ਜੇ ਇਹ ਇੱਕਣੇ ਰਿਹਾ ਅੰਤ ਤੱਕ ਕਮਾਲ ਦੀ ਚੀਜ਼ ਹੋਊਗੀ ਹਾਂਜੀ ਤੇ ਮੈਂ ਕਿ ਠੀ ਮੈਂ ਇਹ ਮੇਰੇ ਲਈ ਤਾਂ ਬਹੁਤ ਅਮੁੱਲੇ ਸ਼ਬਦ ਸੀ ਇਹ ਹਾਂ ਤੇ ਉਦੋਂ ਕੁਝ ਦਿਨ ਬਾਅਦ ਪੂਨਮ ਹੁਣਾ ਨੇ ਉਹ ਅੱਧਾ ਆਰਟੀਕਲ ਛਪਿਆ ਬੰਦ ਹੋ ਗਿਆ ਹਾਂਜੀ ਫਿਰ ਉਹ ਮੈਨੂੰ ਮੈਂ ਕਿਹਾ ਵੀ ਵੀ ਜਾਇ ਨਹੀਂ ਛਾਪਣਾ ਸੀ ਜਾਂ ਅੱਗੇ ਤੂੰ ਨਹੀਂ ਛਪਿਆ ਫਿਰ ਉਹ ਕਿਸੇ ਵਿਚਲੇ ਬੰਦੇ ਨੇ ਕਿਹਾ ਕੀ ਅਮਰਤਾ ਜੀ ਨੇ ਕਿਹਾ ਕਿ ਕਿਉਂ ਛਾਪਦੇ ਹੋ ਬੰਦ ਕਰੋ ਇਹ ਅੱਛਾ ਜੀ ਸੋ ਮੈਂ ਇਸ ਗੱਲ ਨੂੰ ਵੀ ਇਸ ਤਰ੍ਹਾਂ ਲੈਣੀ ਆਂ ਵੀ ਦੇਖੋ ਮੈਨੂੰ ਕੋਈ ਗਿਲਾ ਨਹੀਂਗਾ ਕਿ ਇੱਕ ਐਡਾ ਵੱਡਾ ਹਸਤਾਖਰ ਮੇਰੇ ਵਰਗੇ ਛੋਟੇ ਜੇ ਲੇਖਕਾਂ ਨੂੰ ਸ਼ਾਇਰਾ ਨੂੰ ਜਿਹੜੀ ਅਜੇ ਉਦੋਂ ਲਿਖਣਾ ਅੱਖਰ ਪਾਉਣੇ ਸਿੱਖ ਰਹੀ ਸੀ ਪੂਰਨਿਆਂ ਦੇ ਉੱਤੇ ਪਉ ਪੂਰਨੇ ਤੇ ਚੱਲ ਰਹੀ ਆ ਵੱਡਿਆਂ ਨੂੰ ਦੇਖ ਰਹੀ ਆ ਉਸ ਨੂੰ ਕਿਹਾ ਇੱਕ ਐਡੀ ਵੱਡੀ ਲੇਜੈਂਡਰੀ ਪੋਏਟਸ ਕਹਿ ਰਹੀ ਹੈ ਵੀ ਇਹਨੂੰ ਨਾ ਛਾਪੋ ਤੇ ਮੇਰਾ ਮਤਲਬ ਹੈ ਵੀ ਕੋਈ ਗਲਤ ਤਾਂ ਸੀਗੀ ਨਾ ਹੂੰ ਮਤਲਬ ਯਕੀਨ ਤਾਂ ਹੋ ਗਿਆ ਹੋਣਾ ਕਿ ਕਵਿਤਾ ਹੈ ਜਿਹੜੀ ਬੋਲਣ ਲੱਗੀ ਹੈ ਕੋਈ ਗਲਤ ਤਾਂ ਸੀਗੀ ਹੈ ਸੋ ਮੈਂ ਧੰਨਵਾਦੀ ਹਾਂ ਅਮਰਤਾ ਜੀ ਦੀ ਕਿ ਘਟੋ ਘਟ ਉਹਨਾਂ ਨੇ ਇਸ ਤਰ੍ਹਾਂ ਨਹੀਂ ਸਿੱਧ ਅਸਿੱਧੇ ਤਰੀਕੇ ਨਾਲ ਸਿੱਧੇ ਨਾਲ ਨਹੀਂ ਸੀ ਅਸਿੱਧੇ ਤਰੀਕੇ ਨਾਲ ਮੈਨੂੰ ਸਵੀਕਾਰਤਾ ਕੀਤਾ ਹਾਂਜੀ ਬਿਲਕੁਲ ਤੋਂ ਫਿਰ ਜਦੋਂ ਮੈਂ ਦਿੱਲੀ ਗਈ ਕਵੀ ਦਰਬਾਰ ਸੀ ਅਮਰਤਾਜੀ ਰਾਜ ਸਭਾ ਦੀ ਮੈਂਬਰ ਬਣ ਚੁੱਕੇ ਸੀਗੇ ਹਾਂਜੀ ਤੇ ਮੈਂ ਇੱਕ ਹਫਤਾ ਪੜ ਰਹੀ ਸੀ ਤੇ ਕੋਈ ਉਹਨਰ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਠਹਿਰ ਮੈਂ ਇਹਨੂੰ ਸੁਣ ਲਵਾਂ ਅੱਛਾ ਤੇ ਫਿਰ ਮੈਨੂੰ ਕਹਿਣ ਲੱਗੇ ਅੱਛਾ ਲਿਖਣੀ ਹੈ ਹੂੰ ਲਿਖਦੀ ਰਹਿ ਅੱਛਾ ਲਿਖਣੀ ਹੈ ਇਹ ਇਸ ਐਪੀਸੋਡ ਤੋਂ ਤਾਰਿਆਂ ਦੀ ਛੱਜ ਦੇ ਐਪੀਸੋਡ ਤੋਂ ਬਾਅਦ ਦੀ ਗੱਲ ਹੈ ਸੋ ਤੁਸੀਂ ਪ੍ਰੋਫੈਸਰ ਮੋਨ ਸਿੰਘ ਹੁਣਾਂ ਦਾ ਜਿਵੇਂ ਮੈਂ ਕਿਹਾ ਇੱਕ ਲੰਮਾ ਵਕਤ ਗੁਜ਼ਾਰਿਆ ਹੈ ਨਾ ਜਦੋਂ ਅਮਰਤਾ ਪ੍ਰੀਤਮ ਰਸਿੱਦੀ ਟਿਕਟ ਲਿਖਦੇ ਨੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਕਿ ਜੋ ਜ਼ਿਕਰ ਉਸ ਕਿਤਾਬ ਦੇ ਵਿੱਚ ਕੀਤਾ ਗਿਆ ਸਾਰੀ ਗੱਲ ਤੁਹਾਨੂੰ ਬਿਲਕੁਲ ਪਤਾ ਹੋਣੀ ਹੈ ਹੈਨਾ ਮਤਲਬ ਅਰਸੀਦੀ ਟਿਕਟ ਪੜਨ ਤੋਂ ਬਾਅਦ ਜਿਹੜੇ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਭਾਵ ਕਿਵੇਂ ਦੇ ਸੀ ਕਿਉਂਕਿ ਬੜੇ ਨੇੜੇ ਤੋਂ ਉਹਨਾਂ ਦਾ ਰਿਸ਼ਤਾ ਸੀ ਅਮਰਤਾ ਪ੍ਰੀਤਮ ਹੋਣਾ ਨਾਲ ਤਾਂ ਇਸ ਰਿਸ਼ਤੇ ਵਿੱਚ ਖਟਾਸ ਇੰਜ ਆ ਜਾਣੀ ਇਸ ਚੀਜ਼ ਦਾ ਕੀ ਕਾਰਨ ਸੀ ਦੇਖੋ ਇਹ ਸਵਾਲ ਮੈਨੂੰ ਫੇਰ ਲੱਗੀ ਜਾ ਰਿਹਾ ਹੈ ਹਾਂਜੀ ਕਿ ਇਹ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਹੈ ਵੀ ਸਵਾਲ ਰਸੀਦੀ ਟਿਕਟ ਨੇ ਮੈਂ ਮੈਨੂੰ ਨਹੀਂ ਪਤਾ ਵੀ ਖਟਾਸ ਕਿਉਂ ਆਈ ਹੈ ਇਹ ਉਹ ਤਾਂ ਮੈਂ ਨਹੀਂ ਕਹਿ ਸਕਦੀ ਹਾਂਜੀ ਜਿਨ੍ਹਾਂ ਦਿਨਾਂ 'ਚ 76 ਚ ਰਸੀਦੀ ਟਿਕਟ ਛਪੀ। ਤੋ ਮੈਂ ਤੁਹਾਨੂੰ ਜਿਵੇਂ ਤਾਂ ਉਹ ਤਾਰਿਆਂ ਸੱਚ ਵੀ ਲਿਖਿਆ ਤਾਂ ਆਦਰਵਾਇਜ਼ ਵੀ ਕਿ ਮੈਂ ਪ੍ਰੈਸਰ ਮੋਹਨ ਸਿੰਘ ਨੂੰ ਮਿਲਣ ਜਾਂ ਉਹ ਮੈਨੂੰ ਮਿਲਣ ਅਕਸਰ ਆਉਂਦੇ ਸੀ। ਫੇਰ ਵੀ ਜੇ 4 ਦਿਨ 5 ਦਿਨ ਰਹਿ ਗਏ ਤੇ ਚਿੱਠੀ ਲਿਖ ਦੇਣੀ। ਹਾਂਜੀ। ਤੋ ਇੱਕ ਬੜਾ ਇੱਕ 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 ਬੜਾ ਸਹਿਜ ਮੁਹੱਬਤੀ ਰਿਸ਼ਤਾ ਸੀ ਇਹ। ਹਾਂਜੀ। ਇਸ ਮੁਹੱਬਤ ਨੂੰ ਲੋਕ ਕੀ ਨਾ ਦਿੰਦੇ ਨੇ ਮੈਨੂੰ ਕਿਸੇ ਦੀ ਕੋਈ ਮਤਲਬ ਨਹੀਂਗਾ ਮੇਰੇ ਪਿਤਾ ਦਾ ਅਧਿਆਪਕ ਮੇਰੇ ਪਿਤਾ ਦਾ ਪਿਤਾ ਤੇ ਮੇਰਾ ਤਾਂ ਦਾਦਾ ਸੀ ਉਹ ਤੇ ਮੈਂ ਮੇਜੀ ਆਪਣੇ ਪਿਓ ਨੂੰ ਮੁਹੱਬਤ ਕਰਦੀ ਸੀ ਤੇ ਮੈਂ ਅੱਜ ਵੀ ਪ੍ਰੋਫੈਸਰ ਮੋਹਨ ਸਿੰਘ ਨੂੰ ਬਹੁਤ ਮੁਹੱਬਤ ਕਰਦੀ ਹਾਂ ਅ ਮੈਂ ਜਦੋਂ ਰਸੀਦੀ ਟਿਕਟ ਉਹਨਾਂ ਦੀ ਛਪੀ ਆ ਤੇ ਮੈਂ ਉਹਨਾਂ ਦੇ ਘਰ ਗਈ ਮੈਂ ਬੜੀ ਵਾਰ ਜ਼ਿਕਰ ਕਰਦੀ ਹੁੰਨੀ ਆ ਕਿ ਉਹਨਾਂ ਦੇ ਘਰ ਦੀ ਬੈਲ ਜਿਹੜੀ ਸੀਗੀ ਨਾ ਕੈਂਟੀ ਉਹ ਇੰਨੀ ਮੈਂ ਪਹਿਲੀ ਵਾਰ ਜ਼ਿੰਦਗੀ ਚ ਦੇਖੀ ਸੀ ਕਿਉਂਕਿ ਸਾਡੇ ਘਰਾਂ ਚ ਘੰਟੀਆਂ ਖੁੰਡੀਆਂ ਕਿੱਥੇ ਹੁੰਦੀਆਂ ਸੀਗੀਆਂ ਜੋਰ ਦੀ ਦਰਵਾਜ਼ਾ ਖੜਕਾਉਣਾ ਹਾਕ ਮਾਰਨੀ ਜਾਂ ਉਹ ਅਰਲ ਖੜਕਾਉਣੀ ਤੇ ਜਾਂ ਫਿਰ ਬੈਲ ਆਈ ਸੀ ਤੇ ਟਰਾਂ ਕਰਦੀ ਬੈਲ ਆਈ ਸੀ ਜਿਹੜੀ ਬੰਦੇ ਨੂੰ ਐ ਬੰਦਾ ਡਰਾ ਵੀ ਦਿੰਦਾ ਹੈ ਤੇ ਮੈਂ ਉਹਨਾਂ ਦੇ ਘਰੇ ਬੈਲ ਜਿਸ ਲਈ ਵਜਾਉਣੀ ਤੇ ਉਹ ਜਿਵੇਂ ਘੁੰਗਰੂ ਛਣਕਦੇ ਹੁੰਦੇ ਹਨ ਨਾ ਐਦਾਂ ਦੀ ਉਹ ਬੈਲ ਤੇ ਮੈਂ ਇੱਕ ਵਾਰ ਵਜਾਉਣੀ ਜੇ ਦਰਵਾਜ਼ਾ ਵੀ ਖੋਲ ਦੇਣ ਮੈਂ ਫੇਰ ਬੈਲ ਵਜਾਉਣੀ ਹਾਂਜੀ ਤੇ ਉਹ ਕਹਿੰਦੇ ਮੈਂ ਆ ਗਿਆ ਮਾ ਦਰਵਾਜ਼ਾ ਖੋਲ ਦਿੱਤਾ ਏ ਮੈਂ ਮੈਨੂੰ ਪਰਸੇ ਵੀ ਕੋਈ ਫੇਰ ਬਜਾਦ ਫਾਂ ਬੈਲ ਸੋ ਖੈਰ ਜਦੋਂ ਮੈਂ 76 ਵਿੱਚ ਗਈ ਆ ਰਸੀਦੀ ਟਿਕਟ ਛਪ ਚੁੱਕੀ ਸੀ ਤੇ ਪ੍ਰੇਸ਼ਰ ਮੋਹਨ ਸਿੰਘ ਆਏ ਬੜੇ ਉਦਾਸ ਚੁੱਪ ਦਰਵਾਜ਼ਾ ਖੋਲਿਆ ਪਿੱਛੋਂ ਆਵਾਜ਼ ਆਈ ਮੈਂ ਉਹਨਾਂ ਦੀ ਵਾਈਫ ਨੂੰ ਮੰਮੀ ਕਹਿੰਦੀ ਹੁੰਦੀ ਸੀ ਮਿਸਿਸ surjeet mohan singh ਕੌਣ ਏ ਤੇ ਮਨਜੀਤ ਆਈ ਜੀ ਪਰ ਉਹ ਦਿਨ ਉਹਨਾਂ ਨੇ ਐਦਾਂ ਨਹੀਂ ਪੁੱਛਿਆ। ਹਾਂਜੀ। ਪ੍ਰੈਸਰ ਮੋਹਨ ਸਿੰਘ ਕਹਿੰਦੇ ਇੱਧਰ ਹੀ ਆ ਜਾਓ। ਇੱਕ ਛੋਟਾ ਜਿਹਾ ਕਮਰਾ ਸੀ ਸਾਈਡ ਰੂਮ ਦਾ। ਜਿਹਦੇ ਵਿੱਚ ਇੱਕ ਦੀਵਾਨ ਡੱਟ ਸਕਦਾ ਸੀ, ਡੱਫਿਆ ਸੀਗਾ। ਇੱਕ ਸਾਹਮਣੇ ਕੁਰਸੀ ਸੀਗੀ, ਇੱਕ ਸਾਈਡ ਤੇ ਛੋਟਾ ਜਿਹਾ ਟੇਬਲ ਸੀ। ਐਡਕ ਟੇਬਲ ਸੀ। ਹਾਂਜੀ। ਇਤੋਂ ਵੱਧ ਉਸ ਕਮਰੇ 'ਚ ਕੋਈ ਸਪੇਸ ਨਹੀਂ ਸੀ। ਮੈਂ ਜਾ ਕੇ ਦੀਵਾਨ ਤੇ ਬੈਠ ਗਈ ਮੰਮੀ ਦੇ ਕੋਲ ਤੇ ਪ੍ਰੈਸਰ ਸਾਹਮਣੇ ਆ ਚੁੱਪ ਕੋਈ ਗੱਲ ਨਹੀਂ ਹੋ ਰਹੀ ਤਿੰਨ ਜਣਿਆਂ ਦੇ ਵਿੱਚ ਕੋਈ ਗੱਲ ਨਹੀਂ ਹੋ ਰਹੀ ਹਾਂਜੀ ਘਰ 'ਚ ਹੋਰ ਕੋਈ ਜੀ ਹੈ ਨਹੀਂ ਮੈਂ ਬੜੀ ਕੇ ਪ੍ਰੈਸਰ ਮੋਨ ਸਿੰਘ ਨੂੰ ਬੇ ਬੇਟੇ ਨੇ ਤੰਗ ਕੀਤਾ ਹੋਵੇਗਾ ਬੇਟੀਆਂ ਦਾ ਦੁੱਖ ਹੋਇਆ ਹੋਵੇਗਾ ਇੱਕਦਮ ਮਿਸਿਸ ਮੋਨ ਸਿੰਘ ਬੋਲੇ ਐ ਪੜੀਏ ਤੂੰ ਹਾਂਜੀ ਮੈਂ ਕਿਹਾ ਜੀ ਐ ਰਸੀਦੀ ਟਿਕਟ ਮਰ ਗਈ ਨਹੀਂ ਪ੍ਰੋਫੈਸਰ ਹੋਰੀ ਰੋਂਦੇ ਸਾਰੀ ਉਮਰ ਵੇਖ ਉਸ ਰਾਨ ਨੇ ਕੀ ਲਿਖਿਆ ਈ ਹਾਂਜੀ ਸੋ ਮੇਰੇ ਲਈ ਇਹ ਸਮਝਣਾ ਬੜਾ ਅਟਪਟਾ ਜਿਹਾ ਸੀਗਾ ਪ੍ਰੈਸਰ ਮੋਹਨ ਸਿੰਘ ਕਹਿੰਦੇ ਜਿਸ ਬੂਟੇ ਨੂੰ ਮੈਂ ਜਿਗਰ ਦੇ ਖੂਨ ਨਾਲ ਸਿੰਜਦਾ ਰਿਹਾ ਅਮਰਤਾ ਨੇ ਤਾਂ ਤਰੂ ਕੇ ਬਾਹਰ ਵਗਾ ਮਾਰਿਆ ਸੋ ਇਹ ਇਹ ਉਸ ਦਾ ਸੀ ਪ੍ਰੈਸਰ ਮੋਹਨ ਸਿੰਘ ਉਦਾਸ ਰਹੇ ਮੇਰਾ ਖਿਆਲ ਹੈ ਕਿ ਉਹ ਅੰਤ ਤੱਕ ਵੀ ਉਦਾਸ ਰਹੇ ਹੋ ਸਕਦਾ ਉਹਨਾਂ ਦੀ ਡੈਥ ਦਾ ਇੱਕ ਕਾਰਨ ਹੋ ਸਕਦਾ ਇੱਕ ਚੰਗੇ ਪਰਿਵਾਰ ਚੋਂ ਸੀ ਤੁਸੀਂ ਹਨਾ ਬਹੁਤ ਸਾਰੇ ਜ਼ਾਹਿਰ ਜੀ ਗੱਲ ਹੈ ਕਿ ਰਿਸ਼ਤੇ ਆਏ ਹੋਣਗੇ ਜਿਦੇ ਵਿੱਚ ਵੱਡੇ ਵੱਡੇ ਨਾਂ ਵੀ ਜਿਹੜੇ ਆ ਰਹੇ ਨੇ ਹਨਾ ਪ੍ਰੋਫੈਸਰ ਮੋਨ ਸਿੰਘ ਉਹਨਾਂ ਦੇ ਬੇਟੇ ਕਹਿ ਲਵਾਂ ਜਾਂ ਅੱਜ ਦੇ ਬਹੁਤ ਮਸ਼ਹੂਰ ਸ਼ਾਇਰ ਹਨ ਅਸਰਜੀਤ ਪਾਤਰ ਜੀ ਵੀ ਉਸੇ ਲਾਈਨ 'ਚ ਆਉਂਦੇ ਨੇ ਪਰ ਤੁਸੀਂ ਚੁਣਿਆ ਤੇਜਵੀਰ ਉਹਨਾਂ ਨੂੰ ਕਿਵੇਂ ਦਾ ਉਹ ਜਿਹੜਾ ਸ਼ੁਰਾਤੀ ਰਿਸ਼ਤਾ ਬਹੁਤ ਖੂਬਸੂਰਤ ਸੀਗਾ ਤੇ ਬਾਅਦ 'ਚ ਉਹਦੇ ਵਿੱਚ ਵੀ ਚੰਗੀ ਤਰ੍ਹਾਂ ਮੈਂ ਕਹਿ ਲਵਾਂ ਕਿ ਤੁਹਾਡੇ ਵੱਲੋਂ ਬੇਸ਼ੱਕ ਬੜੀ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਇਹ ਰਿਸ਼ਤਾ ਜਿਹੜਾ ਨਹੀਂ ਨਿਭਾਇਆ ਗਿਆ ਕਮਾਉਂਦੇ ਵੀ ਸੀ ਸੋਹਣੇ ਵੀ ਬਹੁਤੋਂ ਖੂਬਸੂਰਤੋਂ ਮਸ਼ਹੂਰ ਵੀ ਸੀ ਉਸ ਤੋਂ ਬਾਅਦ ਵੀ ਰਿਸ਼ਤਾ ਖਤਮ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਰਿਸ਼ਤੇ ਹੋ ਆਏ ਹੋਣਗੇ ਪਰ ਹੁਣ ਤੱਕ ਇਕੱਲੇ ਰਹਿਣ ਨੂੰ ਹੀ ਕਿਉਂ ਚੁਣਿਆ ਜਦਕਿ ਤੁਸੀਂ ਤਾਂ ਬੜੀ ਆਸਾਨੀ ਨਾਲ ਮਤਲਬ ਕਿਸੇ ਵੀ ਰਿਸ਼ਤੇ 'ਚ ਜੁੜ ਸਕਦੇ ਸੀ ਅੱਗੋਂ ਵੀ ਜਿਹੜਾ ਤੇਰਾ ਸਵਾਲ ਹੈ ਉਹਦੇ ਵਿੱਚ ਹੀ ਸਾਰਾ ਜਵਾਬ ਹੈ ਪ੍ਰੈਸਰ ਮਹਿੰਦ ਸਿੰਘ ਦੇ ਰਿਸ਼ਤੇ ਕੀ ਤਨੁਕਾ ਕਿ ਜਿਹੜਾ ਇਹ ਹੈ ਕਿ ਜਿਸ ਤਰ੍ਹਾਂ ਕਿ ਮੈਂ ਬੜੀ ਮੇਰਾ ਨਾਲ ਸੀ ਮੈਂ ਸ਼ਾਇਰੀ ਕਰਦੀ ਸੀ ਇਸੇ ਨੇ ਇਸ ਨੂੰ ਮੈਨੂੰ ਜੋੜਿਆ ਸੀਗਾ ਤੇਜਵੀਰ ਨਾਲ ਹਾਂਜੀ ਔਰ ਇਸੇ ਨੇ ਮੈਨੂੰ ਤੋੜਿਆ ਕਿ ਜਦੋਂ ਮੈਨੂੰ ਅ ਕਿਸੇ ਕਿਸੇ ਵੀ ਕੋਵੀ ਦਰਬਾਰ ਤੇ ਜਾਂ گورنر ਹਾਊਸ ਜਾਂ ਰਾਸ਼ਟਰਪਤੀ ਭਵਨ ਚ ਬੁਲਾਇਆ ਜਾਣਾ ਹੈ ਤਾਂ ਉਹ ਉਹ ਫਿਰ ਕਾਰਡ ਦੇ ਉੱਤੇ ਸਪਾਊਸ ਹੀ ਲਿਖਿਆ ਹੁੰਦਾ ਸੀਗਾ ਤੇ ਉਹਨੂੰ ਸਪਾਊਸ ਹੋਣਾ ਸ਼ਾਇਦ ਮਨਜ਼ੂਰ ਨਹੀਂ ਸੀ ਹਾਂਜੀ ਅ ਇੰਟੈਲੀਜੈਂਟ ਸੀ ਉਹ ਲੇਕਿਨ ਉਹਦਾ ਨਾਮ ਇਸ ਤਰ੍ਹਾਂ ਨਾਲ ਨਹੀਂ ਸੀਗਾ ਕਿ ਉਹਦੇ ਕਾਰਡ ਦੇ ਉੱਤੇ ਜਾਂ ਸਾਹਿਤਕ ਮਹਿਫਲ ਦੇ ਵਿੱਚ ਮੈਨੂੰ ਬੁਲਾਇਆ ਜਾਂਦਾ ਸੋ ਨਹੀਂ ਹੋਇਆ ਉਦੋਂ ਬਾਅਦ ਵਿੱਚ ਮੈਂ ਮੇਰਾ ਖਿਆਲ ਹੈ ਕਿ ਵੀ ਜਿੰਡਾਕ ਜਿਹੜਾ ਜਿਹੜਾ ਮੇਰੇ ਨਾਲ ਉਹ ਰਿਸ਼ਤਾ ਵਧੀਆ ਰਿਹਾ ਉਹ ਅੱਜ ਵੀ ਮੇਰੇ ਨਾਲ ਜਿਹੜੇ ਰਿਸ਼ਤੇ ਚ ਖਟਾਸ ਆਈ ਇੱਕ ਜਾਂ ਉਹ ਉਹਦੀਆਂ ਮਾੜੀਆਂ ਗੱਲਾਂ ਜਿਹੜੀਆਂ ਸੀ ਉਹ ਮੇਰੇ ਨਾਲ ਨਹੀਂ ਮੈਂ ਉਹਨਾਂ ਨੂੰ ਉਹ ਨਹੀਂ ਕਰਦੀ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਮਾੜੀਆਂ ਸੀਗੀਆਂ ਜਿਹੜੀਆਂ ਗੱਲਾਂ ਕਿ ਮਲਟੀਪਲ ਔਮਨ ਰਿਲੇਸ਼ਨਸ ਸੀਗੇ ਸਭ ਨੂੰ ਪਤਾ ਕੋਈ ਇੱਕ ਇੱਕ ਨਹੀਂ ਔਰ ਚੰਗੀਆਂ ਔਰਤਾਂ ਨਾਲ ਸੀ ਨਾਮਵਰ ਔਰਤਾਂ ਨੇ ਤੁਸੀਂ ਵੀ ਜਾਣਦੇ ਹੋ ਉਹਨਾਂ ਔਰਤਾਂ ਨੂੰ ਤੋਂ ਖੈਰ ਮੈਂ ਕਹਿੰਨੀ ਹੁੰਨੀ ਵੀ ਔਰਤਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਹੈ ਬਿਲਕੁਲ ਜਦਕਿ ਔਰਤ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਦੀ ਤਾਂ ਉਦੋਂ ਬਾਅਦ ਵਿੱਚ ਮੇਰਾ ਨਾਕਤੇ ਇਸ ਪਾਸੇ ਧਿਆਨ ਗਿਆ ਅ ਮੇਰਾ ਮੇਰੀ ਮਾਂ ਬਹੁਤ ਜਲਦੀ ਡੈਥ ਹੋ ਗਈ ਸੀ ਹਾਂਜੀ ਇਸ ਕਰਕੇ ਮੇਰਾ ਛੋਟਾ ਭਰਾ ਮੇ ਤੋਂ 16 ਸਾਲ ਛੋਟਾ ਹੈ ਉਹ ਮੇਰੇ ਕੋਲ ਆ ਗਿਆ ਮੇਰਾ ਪਿਤਾ ਮੇਰੇ ਕੋਲ ਆਇਆ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਮੈਂ ਪਿਤਾ ਦੀ लाडली ਵੀ ਸੀ ਤੇ ਪਿਤਾ ਮੇਰਾ ਸਭ ਤੋਂ ਵਧੀਆ ਦੋਸਤ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦੋਸਤ ਮੇਰਾ ਪਿਤਾ ਸੀ ਜਿਹਦਾ ਨਾਲ ਮੈਂ ਹਰ ਤਰ੍ਹਾਂ ਦੀ ਗੱਲ ਕਰ ਲੈਂਦੀ ਸੀ ਚਾਹੇ ਉਹ ਮੁਹੱਬਤ ਦੀ ਗੱਲ ਹੋਵੇ ਚਾਹੇ ਉਹ ਕਿਸੇ ਨੂੰ ਕੁਝ ਕਹਿਣ ਦੀ ਗੱਲ ਹੋਵੇ ਜਾਂ ਕੁਝ ਪੁੱਛਣ ਦੀ ਗੱਲ ਹੋਵੇ ਉਹ ਮੇਰਾ ਪਿਤਾ ਸੀ ਤੇ ਜਿਹੜਾ ਮੇਰਾ ਛੋਟਾ ਭਰਾ ਹੈ 16 ਸਾਲ ਛੋਟਾ ਮੇਰਾ ਭਰਾ ਹੈ ਅਨਕਾਰ ਜਿਹਨੂੰ ਮੈਂ ਬਿੱਟੂ ਕਹਿੰਨੀ ਆ ਅ ਉਹਨੂੰ ਮੈਂ ਆਪਣੇ ਪੁੱਤਰਾ ਵਾਂਗੂ ਪਾਲਿਆ ਉਹ ਬਹੁਤ ਇੰਟੈਲੀਜੈਂਟ ਮੁੰਡਾ ਹੈ ਮੇਰੀ ਜ਼ਿੰਦਗੀ ਚ ਉਸ ਮੁੰਡੇ ਦਾ ਵੀ ਬਹੁਤ ਰੋਲ ਹੈ ਕਿ ਮੇਰੀ ਕਵਤਾ ਦਾ ਪਹਿਲਾ ਸਰੋਤਾ ਵੀ ਉਹ ਹੁੰਦਾ ਸੀ ਮੇਰਾ ਕ੍ਰਿਟਿਕ ਵੀ ਉਹ ਹੁੰਦਾ ਸੀ ਜਦੋਂ ਉਹਨੇ ਕਹਿਣਾ ਕਿ ਮੈਂ ਬਿੱਟੂ ਕਵਤਾ ਲਿਖੀ ਹੈ ਤੇ ਉਹਨੇ ਕਹਿਣਾ ਦੀਦੀ ਇਹ ਕਹਿ ਚੁੱਕੇ ਹੋ ਤੁਸੀਂ ਬਿਟੂ ਇਹ ਸ਼ਬਦ ਨਹੀਂ ਵਰਤਦਾ ਨਾ ਵਰਤਿਆ ਹੋਵੇ ਕਹਿ ਚੁੱਕੇ ਹਾਂ ਡੂ ਰਾਈਟ ਸਮਥਿੰਗ ਨਿਊ ਹਾਂਜੀ ਰਾਈਟ ਸਮਥਿੰਗ ਮਤਲਬ ਇਸੇ ਕਰਕੇ ਮੇਰਾ ਖਿਆਲ ਹੈ ਕਿ ਮੇਰੀ ਕੋਈ ਕਿਤਾਬ ਇੱਕ ਦੂਜੀ ਨਾਲ ਨਹੀਂ ਮਿਲਦੀ ਹਾਂਜੀ ਮੈਂ ਉਹ ਮੇਰਾ ਇੰਨਾ ਵਧੀਆ ਹੁਣ ਵੀ ਇਸੇ ਤਰ੍ਹਾਂ ਹੀ ਹੈ ਅ ਸੋ ਮੇਰੇ ਮੈਂ ਇਕੱਲਾ ਰਹਿਣਾ ਮੈਂ ਆਪਣੇ ਆਪ ਨਾਲ ਰਹਿਣੀ ਹੈ ਜਦੋਂ ਮੈਂ ਉਹਦਾ ਵਿਆਹ ਕੀਤਾ ਬੱਚੇ ਦਾ ਤੋ ਅੱਜ ਕੱਲ੍ਹ ਦੀਆਂ ਕੁੜੀਆਂ ਨਹੀਂ ਪਸੰਦ ਨਹੀਂ ਕਰਦੀਆਂ ਇਕੱਲੇ ਰਹਿਣਾ ਪਸੰਦ ਕਰਦੀਆਂ ਨੇ ਹਾਂਜੀ ਉਹ ਅਲੱਗ ਰਹਿ ਰਿਹਾ ਮੇਰਾ ਇੱਕ ਹੋਰ ਘਰ ਹੈ ਮੁਹਾਲੀ ਦੇ ਵਿੱਚ ਹਾਂਜੀ ਉਹ ਉੱਥੇ ਰਹਿ ਰਿਹਾ ਹੈ ਹਾਂਜੀ ਤੋ ਉਹਦੀ ਬੇਟੀ ਦਾਨਿਸ਼ ਮੈਂ ਲੀਗਲੀ ਅਡਾਪਟ ਕੀਤੀ ਹੈ ਪਰ ਉਹ ਇੱਕੋ ਹੀ ਬੱਚਾ ਤੇ ਫਿਰ ਮੈਂ ਕਿਹਾ ਵੀ ਉਹਨਾਂ ਕੋਲੇ ਉਹ ਮੇਰੇ ਕੋਲ ਆ ਜਾਂਦੀ ਆ ਹਲੇ ਪਿਛਲੇ ਹਫ਼ਤੇ ਹੀ ਮੇਰੇ ਕੋਲੋਂ ਗਈ ਆ ਹਾਂਜੀ ਸੋ ਇਹ ਬੜਾ ਔਖਾ ਸੀਗਾ ਇਹ ਸਟੁੰਡਣਾ ਇਕੱਲੇ ਰਹਿਣਾ ਔਖਾ ਨਹੀਂ ਹੈ ਮੈਂ ਸਮਝ ਨਹੀਂ ਆਏ ਕਿ ਮੈਡੀਟੇਸ਼ਨ ਹੈ। ਹਮ ਇਕੱਲੇ ਰਹਿਣਾ ਇੱਕ ਮੈਡੀਟੇਸ਼ਨ ਹੈ। ਹਾਂਜੀ। ਅ ਮੇਰੀ ਕਵਤਾ ਨੇ ਬਹੁਤ ਮੇਰੀ ਮਦਦ ਕੀਤੀ ਹੈ ਇਹਦੇ ਚ। ਉਸ ਮੈਡੀਟੇਸ਼ਨ ਚੋਂ ਹੀ ਨਿਕਲੀਆਂ ਹੋਈਆਂ ਆਪਣੇ ਚ ਇਹ ਇਹ ਰੂੰਬਲਾਂ ਫੁੱਟਦੀਆਂ ਨੇ। ਹਮ ਠੀਕ ਹੈ। ਅ ਮੈਂ ਆਪਣੇ ਆਪ ਨਾਲ ਰਹਿਨੀ ਆ। ਮੈਨੂੰ ਕੋਈ ਇਹ ਲੋਡ ਮਹਿਸੂਸ ਨਹੀਂ ਹੋਈ ਕਿ ਮੈਂ ਹੁਣ ਕੀ ਕਰਾਂ। ਤੋ ਮੈਂ ਸਮਝਨੀ ਆ ਕਿ ਇਹ ਮੈਂ ਜ਼ਿੰਦਗੀ ਨੂੰ ਬਹੁਤ ਇੰਜੋਏ ਕਰ ਰਹੀ ਆ ਕਿਸੇ ਦਾ ਆਉਣਾ ਮੇਰੇ ਘਰ ਚ ਚੰਗਾ ਲੱਗਦਾ ਕਿ ਕੋਈ ਮੇਰੇ ਨਾਲ ਕੋਈ ਕੋਈ ਲਿਟਰਰੀ ਗੱਲ ਕਰ ਰਿਹਾ ਹੈ ਜ਼ਿੰਦਗੀ ਦੀ ਗੱਲ ਕਰ ਰਿਹਾ ਹੈ ਕੋਈ ਹੈਨਾ ਅਦਰਵਾਇਜ਼ ਜਾ ਕੇ ਬਈ ਕਿਸੇ ਦੇ ਘਰੇ ਜਾਣਾ ਹੈ ਉਥੇ ਇਧਰ ਲੀਆਂ ਗੱਲਾਂ ਉਧਰ ਲੀਆਂ ਗੱਲਾਂ ਅ ਮੈਂ ਫੇਰ ਕਹਾ ਕਿ ਮੇਰੇ ਬੜੇ ਦੋਸਤ ਰਹੇ ਨੇ ਸ਼ਿਵ ਸਿੰਘ ਆਰਟਿਸਟ ਮੇਰਾ ਦੋਸਤ ਰਿਹਾ ਦੁਨੀਆ ਚ ਨਹੀਂ ਰਿਹਾ ਅ ਜੋਤ ਸਿੰਘ ਆਰਟਿਸਟ ਮੇਰੇ ਦੋਸਤ ਰਹੇ ਨੇ ਇਸ ਦੁਨੀਆ ਚ ਨਹੀਂ ਰਹੇ ਅ ਦਲੀਪ ਕੋਟ ਟਿਵਾਣਾ ਮੇਰੀ ਟੀਚਰ ਵੀ ਸੀ ਵੱਡੀਆਂ ਭੈਣਾਂ ਵਰਗੀ ਵੀ ਸੀ ਪਰ ਮੈਂ ਉਹਨਾਂ ਨੇ ਮੈਨੂੰ ਕਹਣਾ ਮੈਨੂੰ ਦੀਦੀ ਕਿਹਾ ਕਰ ਪਰ ਮੈਂ ਉਹਨਾਂ ਨੂੰ ਦੀਦੀ ਕਹਿ ਹੀ ਨਹੀਂ ਸਕੀ ਮੈਂ ਉਹਨਾਂ ਨੂੰ ਮੈਮ ਹੀ ਕਹਿੰਦੀ ਹੁੰਦੀ ਸੀ ਤੇ ਮੈਂ ਕਹਿੰਦਾ ਤੁਸੀਂ ਦੀਦੀ ਸਮਝਿਆ ਕਰੋ ਵੀ ਦੀਦੀ ਕਹਿੰਦੀ ਐ ਉਹ ਮੇਰੀ ਦੋਸਤ ਵੀ ਸੀ ਮੇਰੀ ਅਧਿਆਪਕਾ ਵੀ ਸੀ ਜਿਹਨਾਂ ਨਾਲ ਮੈਂ ਦਿਲ ਦੀ ਗੱਲ ਕਰ ਲੈਂਦੀ ਸੀ ਤੇ ਜਿਹੜੇ ਮੇਰੇ ਸਰਕਲ ਦੇ ਵਿੱਚ ਨੇ ਮੈਨੂੰ ਮਿਲਣ ਵਾਲੀਆਂ ਸਹੇਲੀਆਂ ਕਹੋ ਮਿਲਣ ਵਾਲੇ ਲੋਕ ਬੜੇ ਨੇ ਜਿਹਨੂੰ ਕਹੋ ਕਿ ਮੇਰਾ ਸਰਕਲ ਬਹੁਤ ਵੱਡਾ ਆ ਆ ਪਰ ਜਿਨ੍ਹਾਂ ਨਾਲ ਮੈਂ ਦਿਲਦਿਆਂ ਗੱਲਾਂ ਕਰਦੀਆਂ ਨੇ ਦਿਲਦੀ ਗੱਲ ਕਰਦੀਆਂ ਉਹ ਉਹ ਤਿੰਨ ਔਰਤਾਂ ਨੇ ਹਾਂਜੀ ਤਿੰਨ ਸੇਲੀਆਂ ਨੇ ਮੇਰੀਆਂ ਇੱਕ ਪਟਿਆਲੇ ਚ ਐ ਇੱਕ ਚੰਡੀਗੜ੍ਹ ਦੇ 38 ਸੈਕਟਰ ਚ ਐ ਤੇ ਇੱਕ ਇੰਗਲੈਂਡ ਵਿੱਚ ਐ ਤਿੰਨੋ ਹੀ ਵਿਆਹ ਕੇ ਇੰਗਲੈਂਡ ਵਿੱਚ ਐ ਉਹ ਅਮਰਜੀਤੀ ਐ ਹਾਂਜੀ ਤੋ ਸੁਲਤਾਨਾ ਬੇਗਮ ਐ ਪਟਿਆਲੇ ਚ ਮੁਹਾਲੀ ਚਲੀ ਗਈ ਮੇਰਾ ਪਿੱਕਾ ਘਰ ਐ ਬਈ ਉਹ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਦੇ ਵੱਡੇ ਅਰਥ ਹੁੰਦੇ ਨੇ ਵੱਡੀ ਆਫਤ ਨੂੰ ਛੋਟਾ ਕਰਕੇ ਜਾਣਣਾ ਜੇ ਸਿੱਖਿਆ ਜੇ ਗੱਲ ਕਰਦੇ ਆ ਤੋ ਸੁਲਤਾਨਾ ਆ ਰਜਿੰਦਰ ਕੌਰ ਆ ਹੂੰ ਬਾਕੀ ਨਵੀਆਂ ਕੁੜੀਆਂ ਨੇ ਬੜੀਆਂ ਨੇ ਤੋ ਜ਼ਿੰਦਗੀ ਬੁੜੀ ਵਧੀਆ ਚੱਲ ਰਹੀ ਆ ਇਨਾ ਇਨਾ ਮੇਰੀਆਂ ਸਹੇਲੀਆਂ ਨੂੰ ਮਿਲ ਕੇ ਵੀ ਮੈਂ ਮਿਲੀ ਨਹੀਂ ਤਾਂ ਜੀ ਰਿਸ਼ਤੇ ਖਤਮ ਹੋ ਗਏ ਨਹੀਂ ਕਈ ਰਿਸ਼ਤੇ ਐਸੇ ਵੀ ਮੈਂ ਦੇਖੇ ਨੇ ਕਿ ਬੜੀਆਂ ਵਧੀਆ ਦੋਸਤੀਆਂ ਬੜੇ ਨਜ਼ਦੀਕੀ ਬੜਾ ਨੇੜੇ ਜਿੰਨਾ ਚਿਰ ਮਿਲਦੇ ਰਹੋ ਤੁਹਾਡਾ ਮਿਲਣਾ ਅ ਮਿਲਿਆਂ ਨੂੰ ਮਹੀਨਾ ਹੋ ਗਿਆ 2 ਮਹੀਨੇ ਹੋ ਗਏ ਉਹ ਫਿੱਕਾ ਪੈ ਗਿਆ ਰਿਸ਼ਤਾ ਜਿਹੜੇ ਰਿਸ਼ਤੇ ਇੰਨਾ ਫਿੱਕੇ ਪੈਂਦੇ ਨੇ ਉਹ ਰਿਸ਼ਤਾ ਹੀ ਨਹੀਂ ਹੁੰਦੇ ਕਈ ਵਾਰ ਰਾਪਤੇ ਕੁਮਰ ਤੱਕ ਰਹਿ ਜਾਂਦੇ ਨੇ ਫਿਰ ਉਸ ਤੋਂ ਗਾਂ ਨਹੀਂ ਬਣਦੇ ਤੋਂ ਤੁਸੀਂ ਮਿਲੋ ਉਮਰਾ ਬਾਅਦ ਮਿਲੋ ਮੈਂ ਇੱਥੇ ਇੱਕ ਨਾਂ ਲੈਣਾ ਚਾਹੁੰਦੀ ਆ ਹਾਂਜੀ ਕਦਾਰਨਾਥ ਕਦਾਰ ਦਾ ਹੂੰ ਮੇਰੀ ਉਮਰ ਤੋਂ ਬਹੁਤ ਵੱਡੇ ਨੇ ਉਹ ਹਾਂਜੀ ਮੇਰੇ ਖਿਆਲ ਉਹ 92-93 ਸਾਲ ਦੇ ਹੋਣੇ ਆ ਉਹ ਮੇਰੇ ਦੋਸਤ ਵੀ ਨੇ ਜਦੋਂ ਕੁਵੈਤ 'ਚ ਰਹਿੰਦੇ ਸਨ ਮੈਨੂੰ ਮਿਲਣ ਆਏ ਉਹ ਤੋਂ ਕੁਵੈਤ 'ਚੋਂ ਮੈਨੂੰ ਮਤਲਬ ਮੈਨੂੰ ਮਿਲਣ ਆਏ ਉਹ ਪਹਿਲਾਂ ਮੈਨੂੰ ਸੂਟ ਭੇਜਿਆ ਇੱਕ ਕਰੀਮ ਕਲਰ ਦਾ ਤੇ ਮੈਨੂੰ ਲੱਗਿਆ ਕਿ ਉਹਨਾਂ ਦਿਨਾਂ 'ਚ ਵੀ 20 22 ਸਾਲ ਦੀ ਕੁੜੀ ਨੂੰ ਇੱਕ ਕਰੀਮ ਕਲਰ ਦਾ ਸੂਟ ਭੇਜੇ ਵੇ ਅੱਛਾ ਮਨਜੀਤਿੰਦਰਾ ਤੂੰ ਬਹੁਤ ਵੱਡੀ ਹੋ ਗਈਆਂ ਹੁਣ ਵੈਸੇ ਮੈਂ ਟੋਕ ਰਹੀ ਆ ਮਾਫ ਕਰਨਾ ਤੁਹਾਨੂੰ ਚਹੇਤੇ ਬਹੁਤ ਲੋਕ ਰਹੇ ਨੇ ਤੁਹਾਡੇ ਹਨਾ ਚਾਹੇ ਉਹ ਸ਼ਿਵ ਕੁਮਾਰ ਜਿੰਨਾ ਪਿੱਛੇ ਮਤਲਬ ਕਹਿੰਦੇ ਸੀ ਵੀ ਕੁੜੀਆਂ ਦੀਆਂ ਲਾਈਨਾਂ ਲੱਗਦੀਆਂ ਸੀ ਤੇ ਚਾਹੇ ਹੁਣ ਤੁਸੀਂ ਐਡਾ ਵੱਡਾ ਨਾਂ ਲੈ ਰਹੇ ਹੋ ਮਤਲਬ ਮਨਜੀਤਿੰਦਰਾ ਜਿਹੜਾ ਸੈਂਟਰ ਆਫ ਅਟਰੈਕਸ਼ਨ ਸੀ ਲੋਕ ਨਹੀਂ ਮੈਂ ਇਸ ਨੂੰ ਉਸ ਕੁਦਰਤ ਦਾ ਕਿਸ਼ਮਾ ਕਹਿੰਦੀ ਆ ਕਿ ਮੈਨੂੰ ਲੋਕਾਂ ਦੀ ਬੜੀ ਮੁਹੱਬਤ ਮਿਲੀ ਆ ਜਿਹੜੇ ਲੋਕ ਮੈਨੂੰ ਮਿਲੇ ਨੇ ਮੈਂ ਦਿਲ ਖੋਲ ਕੇ ਹਾਂਜੀ ਓਕੇ ਕਹਿੰਦੇ ਨੇ ਬਾਹਾਂ ਖਿਲਾਰ ਕੇ ਮਿਹਰੇ ਨੇ ਹੂੰ ਅ ਕੁਛ ਇਹਨਾਂ ਚ ਅ ਹਰ ਤਰ੍ਹਾਂ ਦੀ ਲੋਕ ਬਿਲੇ ਬੈਨ ਹਰ ਤਰ੍ਹਾਂ ਦੇ ਬਿਲਕੁਲ ਕਿ ਸ਼ਾਇਦ ਪਰ ਉਹ ਫਿਸਲਨ ਤਿਲਕਣ ਹੈ ਨਹੀਂ ਸੀ ਕੀ ਕਰ ਸਕਦੀ ਆ ਮੈਂ ਗੱਲ ਕਰੀਮ ਕਲਰ ਦੇ ਸੂਟ ਤੇ ਸੀ ਹਾਂ ਤੋ ਮੈਂ ਉਹਨਾਂ ਨੂੰ ਲਿਖਿਆ ਵੀ ਤੁਸੀਂ ਮੇਰੀ ਉਮਰ ਦਾ ਅਹਿਸਾਸ ਕਰਵਾਤਾ ਮੈਂ ਆਪਣਾ ਦੇ ਭੇਜੀ ਲਿਖ ਕੇ ਕਹਿੰਦੇ ਤੁਸੀਂ ਤਾਂ ਮੇਰੀ ਬੋਤਰੀ ਦੀ ਉਮਰ ਦੇ ਹੋ ਹਾਂਜੀ ਤੇ ਉਹਨਾਂ ਨੇ ਮੈਨੂੰ ਕਾਲਾ ਸੂਟ ਭੇਜਿਆ ਅੱਛਾ ਜੀ ਅੱਜ ਵੀ ਮਿਲਦੇ ਨੇ ਮੈਨੂੰ ਮਤਲਬ ਚਿੱਟੇ ਤੋਂ ਕਾਲੇ ਤੇ ਅੱਜ ਵੀ ਮੈਨੂੰ ਮਿਲਦੇ ਨੇ ਹਾਂਜੀ ਬੜੀ ਮੁਹੱਬਤ ਨਾਲ ਹੂੰ ਮਨਜੀਤਿੰਦਰਾ ਕਿੱਥੇ ਹੋ ਸੋ ਅੱਛਾ ਲਿਖਦੇ ਨੇ ਹਾਂਜੀ ਉਰਦੂ ਚ ਲਿਖ ਪੁਰਾਣੇ ਬੰਦੇ ਨੇ ਸਟੇਜੀ ਕਵੀ ਨੇ ਸੋ ਉਹ ਰਿਸ਼ਤਾ ਵੀ ਮੇਰੇ ਨਾਲ ਦੇਖੋ ਇੰਨੇ ਪੁਰਾਣਾ ਹੈਗਾ ਹਾਂਜੀ ਤੋ ਠੀਕ ਹੈ ਲੋਕਾਂ ਨਾਲ ਬੜੇ ਵਧੀਆ ਲੋਕ ਮਿਲ ਰਹੇ ਨੇ ਲੋਕ ਬੜੇ ਵਧੀਆ ਨੇ ਚੰਗੇ ਨੇ ਦਾਨਿਸ਼ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਹੈਨਾ ਬੇਟੀ ਆਪਣੀ ਤੁਹਾਡੀ ਬੇਟੀ ਜਿਹੜੀ ਤੁਸੀਂ ਲਿਖ ਲਈ ਅਡਾਪਟ ਕੀਤੇ ਆ ਤੁਹਾਡੀ ਨੌਕਰੀ ਦੇ ਦੌਰਾਨ ਵੀ ਤੁਸੀਂ ਮੈਨੂੰ ਇਹ ਲੱਗਦਾ ਹੁੰਦਾ ਵੀ ਔਰਤਾਂ ਨੇ ਤੁਹਾਡੇ ਚੋਂ ਬਹੁਤ ਕੁਝ ਇਹੋ ਜਿਹਾ ਜਿਹੜਾ ਉਹਨਾਂ ਨੂੰ ਲੱਗਿਆ ਵੀ ਪਤਾ ਨਹੀਂ ਮਨਜੀਤਿੰਦਰਾ ਸਾਡੇ ਕਿੰਨਾ ਕੁ ਪੈਰਲਰ ਖਲੋਗੇ ਨੇ ਹੈਨਾ ਨੌਕਰੀ ਦੌਰਾਨ ਵੀ ਇਹੋ ਜਿਹੀ ਇੱਕ ਦਿੱਕਤ ਆ ਜਿਹੜੀ ਤੁਹਾਨੂੰ ਸਹਿਣੀ ਪਈ ਕਿ ਆਪਣੀਆਂ ਸਹੇਲੀਆਂ ਚ ਇੱਕ ਇਹੋ ਜਿਹਾ ਮਤਭੇਦ ਹੋਇਆ ਕਿ ਤੁਹਾਨੂੰ ਲੰਮਾ ਸਮਾਂ ਵੀ ਛੁੱਟੀ ਤੇ ਰਹਿਣਾ ਪਿਆ ਕਿਤੇ ਨਾ ਕਿਤੇ ਦਾਨਿਸ਼ ਨੂੰ ਜਿਹੜਾ ਗੋਦ ਲੈਣ ਦਾ ਕਾਰਨ ਇਹ ਵੀ ਸੀ ਇਸ ਤਰ੍ਹਾਂ ਨਾਲ ਹੈ ਹਾਂਜੀ ਜਿਸ ਕੁੜੀ ਨੂੰ ਮੈਂ ਆਪਣੇ ਘਰੋਂ ਚੱਕ ਉਹਦੇ ਘਰੋਂ 11 ਫੇਸ ਚ ਮੈਂ ਰਹਿੰਦੀ ਸੀ ਉਹਦੇ ਘਰੋਂ ਮੈਂ 11 ਸੈਕਟਰ ਦੇ ਕਾਲਜ ਵਿਮਨ ਕਾਲਜ ਪੜਾਉਂਦੀ ਸੀ ਮੇਰੀ ਸ਼ਾਇਰੀ ਦੇ ਤੌਰ ਤੇ ਮੈਨੂੰ ਪ੍ਰਪੋਜ਼ ਕਰਕੇ ਯੂਟੀ ਗਵਰਨਮੈਂਟ ਲੈ ਕੇ ਗਈ ਸੀ ਗਵਰਨਮੈਂਟ ਕਾਲਜ ਮੋਹਾਲੀ ਤੋਂ ਹਾਂਜੀ ਠੀਕ ਹੈ ਲੋਕੀ ਤਾਂ ਬੜੀਆਂ ਯਤਨ ਕਰਦੇ ਨੇ ਸਿਫਾਰਸ਼ਾਂ ਪਵਾਉਂਦੇ ਨੇ ਚੰਡੀਗੜ੍ਹ ਯੂਟੀ ਚ ਜਾਣ ਵਾਸਤੇ ਪਰ ਮੇਰੀ ਸ਼ਾਇਰੀ ਮੇਰੀ ਅਪਰੋਚ ਸੀ ਮੇਰੇ ਆਰਡਰ ਹੀ ਸੀਗੇ ਕਿ ਆਈ ਪ੍ਰਪੋਜ਼ ਮਨਜੀਤ ਸਿੰਧਰਾਏ ਪੋएट ਹਾਂਜੀ ਠੀਕ ਹੈ ਮੈਂ ਜੀਸੀਜੀ 11 ਚ ਗਈ ਮੈਂ 10 ਸਾਲ ਰਹੀ ਉੱਥੇ ਮੇਰੀਆਂ ਉਹ ਉਸੇ ਤਰ੍ਹਾਂ ਦਾ ਸਾਰਾ ਸਾਰਾ ਸਟਾਫ ਮੇਰੇ ਨਾਲ ਉਸੇ ਤਰ੍ਹਾਂ ਦਾ ਮੁਹੱਬਤੀ ਐਡਾ ਐਡਾ ਮੁਹੱਬਤੀ ਮੈਂ ਕਹਿੰਦੀ ਆ ਪਰ ਕਿਸੇ ਇੱਕ ਨੂੰ ਉਹਦੇ ਨਾਲ ਜਿਹਦੇ ਨਾਲ ਮੇਰਾ ਬਿਲਕੁਲ ਘਰ ਦਾ ਰਿਸ਼ਤਾ ਸੀ ਸਿਰਫ ਇਸ ਕਰਕੇ ਕੋਨੇ ਹੈਡ ਆਫ ਡਿਪਾਰਟਮੈਂਟ ਬਣਨਾ ਸੀ ਹਾਂਜੀ ਹੈਡ ਆਫ ਡਿਪਾਰਟਮੈਂਟ ਬਣਨ ਨੇ ਜਿਸ ਕੁੜੀ ਨੂੰ ਉਸਨੇ ਉਹ ਕੁੜੀ ਵਰਤੀ ਜਿਸ ਕੁੜੀ ਨੂੰ ਮੈਂ ਸਕੂਟਰ ਦੇ ਉੱਤੇ 39 ਸੈਕਟਰ ਤੋਂ ਉਹਦੇ ਘਰੋਂ ਲੈਣਾ 11 ਕਾਲਜ ਜਾਣਾ ਫੇਰ ਉਹਨੂੰ 39 ਸੈਕਟਰ ਛੱਡਣਾ ਤੇ ਫੇਰ ਮੈਂ 11 ਸੈਕਟਰ ਜਾਣਾ ਉਹਦੇ ਬੱਚੇ ਮੈਨੂੰ ਦਾਦੀ ਕਹਿੰਦੇ ਹੁੰਦੇ ਸੀ। ਅੱਛਾ ਜੀ। ਉਸ ਕੁੜੀ ਨੇ ਜਦੋਂ ਕਿ ਉਹ ਕੁੜੀ ਉਹ ਮੈਨੂੰ ਕਿਹਾ ਸੀ ਜਾਤੀ ਸੂਚਕ ਅੰਕ ਸ਼ਾਇਦ ਮਨਜੀਤ ਸਿੰਧਰਾ ਨੇ ਕਿਹਾ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇਹ ਕਿ ਕਿਹੜੀ ਜਾਤੀ ਨੂੰ ਬਿਲੋਂਗ ਕਰਦੀ ਆ ਮੇਰੀ ਜ਼ਿੰਦਗੀ 'ਚ ਹੀ ਨਹੀਂ ਆਇਆ ਸ਼ਬਦ। ਹਾਂਜੀ। ਮੈਂ ਕਦੀ ਸੋਚਿਆ ਹੀ ਨਹੀਂ ਵੀ ਕਿ ਇਹ ਕੌਣ ਉੱਚਾ ਕੌਣ ਨੀਵਾ ਮੈਂ ਤਾਂ ਕਦੀ ਵੀ ਨਹੀਂ ਸੋਚਿਆ ਇਸ ਗੱਲ ਨੂੰ। ਤਾਂ ਮੇਰੇ ਤੇ ਐਫ ਆਈ ਆਰ ਦਰਜ ਕਰਾਈ ਗਈ ਮੈਨੂੰ ਮੈਨੂੰ ਬੁਲਾਇਆ ਬੁਲਾਇਆ ਗਿਆ ਐਸ ਐਸ ਪੀ ਏ ਸੀ ਪੀ ਹੁੰਦਾ ਸੀ ਹਾਂਜੀ ਤੋਂ ਉਹਨਾਂ ਨੇ ਮੈਨੂੰ ਬੁਲਾਇਆ ਕਿ ਆਪ ਆਇਂ ਇਹ ਬਾਤ ਕੁਛ ਵੀ ਨਹੀਂ ਹੈ ਆਪ ਖਤਮ ਕਰੇ ਮੈਂ ਗਈ ਮੇਰਾ ਇੱਕ ਦੋਸਤ ਜੋ ਵੀ ਦੁਨੀਆ ਚ ਨਹੀਂ ਰਿਹਾ ਟ੍ਰਿਬਿਊਨ ਚ ਸੀ ਰਾਜਾ ਜੈਕ੍ਰਿਸ਼ਨ ਤੇ ਮੇਰਾ ਬ੍ਰਦਰ ਹਾਂਜੀ ਅਸੀਂ ਗਏ ਉਹ ਕਹਿੰਦਾ ਇਹ ਬਾਤ ਕੁਛ ਵੀ ਨਹੀਂ ਹੈ ਮੈਂ ਉਹਨੂੰ ਕਿਹਾ ਵੀ ਪੜ ਕੇ ਸੁਣਾ ਦੇ ਮੈਨੂੰ ਕੀ ਲਿਖਿਆ ਮੇਰੇ ਖਿਲਾਫ ਐਸ ਇਹ ਉਹਨੂੰ ACP ਨੂੰ ਕਹਿੰਨੀ ਆ ਕਹਿੰਦੇ ਆਪ ਆਧਿਆਪਕ ਹੋ ਮੈਂ ਟੀਚਰ ਕੀ ਬਹੁਤ ਇੱਜ਼ਤ ਕਰਦਾ ਹਾਂ ਸ਼ਾਇਰਾ ਹੋ ਬਹੁਤ ਬੇਬਾਕ ਸ਼ਾਇਰਾ ਹੋ ਇਸ ਲਈ ਮੈਂ ਆਪਕੋ ਬਤਾ ਦਿੱਤਾ ਹੂੰ ਮੈਨੂੰ ਨਹੀਂ ਬਤਾਉ ਮੈਨੂੰ ਕਿੱਦਾਂ ਜਾਣਦੇ ਸੀ ਮੈਂ ਸ਼ਾਇਰਾ ਬਾਬਾ ਹਾਂਜੀ ਉਹਨਾਂ ਨੇ ਮੈਨੂੰ ਪੜ੍ਹ ਕੇ ਸੁਣਾਇਆ ਕਿ ਇਹ ਚ ਲਿਖਿਆ ਕਿ ਮਨਜੀਤਿੰਦਰਾ ਨੂੰ ਕਹਿ ਰਹੀ ਹੈ ਆਮ ਸੌਰੀ ਕਿ ਵੀ ਮੈਂ ਉਹ ਲਾਨ ਕਹਾਗੀ ਕਿ ਕਹਿ ਰਹੀ ਹੈ ਅੱਛਾ ਸ਼ਿਟ ਮੈਂ ਕਹ ਜੀ ਤੇ ਮੈਂ ਤਾਂ ਨਾ ਇਹ ਗੱਲ ਹੋਈ ਜਾਂ ਨਾ ਮੈਨੂੰ ਪਤਾ ਆ ਹਾਂਜੀ ਉਥੇ ਦੋ ਮੇਰੇ ਖਿਲਾਫ ਉਹ ਔਰਤ ਜਿਹੜੀ ਔਰਤ ਜਿਹਦੇ ਘਰੋਂ ਮੇਰੇ ਫਾਦਰ ਵੇਲੇ ਜਦੋਂ ਮੇਰੇ ਫਾਦਰ ਐਡਮਿਟ ਸੀ 32 ਸੈਕਟਰ 'ਚ ਬ੍ਰੈਕਫਾਸਟ ਉਹਦੇ ਘਰੋਂ ਜਾ ਰਹੀ ਐ ਮੈਂ ਉਹਦੇ ਘਰ ਨਾਉਣ ਜਾ ਰਹੀ ਆ ਮੈਂ ਉਹਦੇ ਘਰੋਂ ਜਦੋਂ ਮੈਂ ਕਿਹਾ ਮੈਨੂੰ ਨਾ ਗੁਟਕਾ ਚਾਹੀਦਾ ਆ ਤੇ ਪਾਠ ਕਰਨਾ ਫਾਦਰ ਕੋਲ ਬਹਿ ਕੇ ਹੁੰਦਾ ਹੀ ਆ ਬੜਾ ਉਸ ਕਾਮਰੇਟ ਕੁੜੀ ਦੇ ਘਰੋਂ ਮੈਨੂੰ ਗੁਟਕਾ ਮਿਲ ਰਿਹਾ ਆ ਉਹ ਮੇਰੇ ਘਰ ਹਰ ਵੇਲੇ ਜਾ ਰਹੀ ਹੈ ਉਹ ਕੁੜੀ ਮੇਰੇ ਖਿਲਾਫ ਉਹ ਹੈਡ ਆਫ ਡਿਪਾਰਟਮੈਂਟ ਬਣਨ ਵਾਸਤੇ ਉਸ ਨੇ ਇੱਕ ਹੋਰ ਮੇਰੀ ਖਾਸ ਜਿਹੜੀ ਸੀ ਉਸ ਨੂੰ ਲੈ ਲਿਆ ਕਿਵੇਂ ਹੋਇਆ ਮੈਨੂੰ ਨਹੀਂ ਪਤਾ ਕਿਉਂਕਿ ਤੁਸੀਂ ਕਿਸੇ ਨੂੰ ਤੇ ਇਲਜ਼ਾਮ ਲਾਉਣਾ ਆ ਤੁਸੀਂ ਕਿਸੇ ਨੂੰ ਕਿਹਾ ਨਹੀਂ ਕਿਹਾ ਦੋ ਲਾ ਲੋ ਦੋ ਤੁਹਾਡੀਆਂ ਗਵਾਹੀਆਂ ਚਾਹੀਦੀਆਂ ਨੇ ਤੇ ਤੁਸੀਂ ਕਿਸੇ ਨੂੰ ਵੀ ਫਸਾ ਸਕਦੇ ਹੋ ਔਰ ਇਸ ਚੀਜ਼ ਦਾ ਕੋਈ ਪ੍ਰੂਫ ਵੀ ਨਹੀਂ ਕਰਨਾ ਪੈਂਦਾ ਕੋਈ ਪ੍ਰੂਫ ਦੀ ਲੋੜ ਨਹੀਂ ਮੇਰੇ ਜਿੰਨੇ ਵੀ ਮੇਰੇ ਤੁਹਾਨੂੰ ਤੁਸੀਂ ਸਰਬਜੀਤ ਸਿੰਘ ਜਿਹੜਾ ਲੇਖਕ ਸਭਾ ਦਾ ਪ੍ਰਧਾਨ ਵੀ ਰਿਹਾ ਅ ਉਹ ਉਹ ਮੇਰਾ ਮੇਰੇ ਸਾਰੇ ਜੂਨੀਅਰ ਸੀਗੇ ਇਹ ਹਾਂਜੀ ਮੇਰੇ ਸਬੋਡੀਨੇਟ ਸੀਗੇ ਮੇਰਾ ਸਾਰਾ ਇਹ ਇਹ ਲੋਕ ਸਾਰਿਆਂ ਨੇ ਐਫੀਡੇਵਿਟ ਦਿੱਤੇ ਸੀ ਕਿ ਇਹੋ ਜੀ ਸਾਡੇ ਕਾਲਜ ਚ ਕੋਈ ਗੱਲ ਨਹੀਂ ਹੋਈ ਹਾਂਜੀ ਪਰ ਉਹ ਐਫੀਡੇਵਿਟਾਂ ਦਾ ਕੋਈ ਮਤਲਬ ਨਹੀਂ ਰਿਹਾ ਸੀ ਹਾਂ ਤੋ ਮੈਂ ਲੰਬਾ ਸਮਾਂ ਛੁੱਟੀ ਤੇ ਰਹੀ ਸ਼ਿਵ ਸਿੰਘ ਉਸ ਵੇਲੇ ਮਿੱਤਰ ਤਰ ਕੇ ਆ ਉੱਪਰ ਆਏ ਸੀ ਹਾਂਜੀ ਜਿਹੜੇ ਜਿਹੜੇ ਬੰਬਲ ਮੰਜੀਤ ਇੰਦਰਾ ਮੰਜੀਤ ਇੰਦਰਾ ਮੰਜੀਤ ਇੰਦਰਾ ਮੰਜੀਤ ਇੰਦਰਾ ਮੱਖੀਆਂ ਵਾਂਗੂ ਆਉਂਦੇ ਸੀ ਉਹ ਸਾਰੀਆਂ ਪਿੰਪਣਾਹਟ ਦੂਰ ਹੋ ਗਈ ਸੀ ਤੇ ਮੇਰੇ ਲਈ ਰਹਿ ਗਏ ਸੀ ਸ਼ਿਵ ਸਿੰਘ ਜੋਧ ਸਿੰਘ ਜਰਾਜਾ ਜੈ ਕ੍ਰਿਸ਼ਨ ਮੇਰਾ ਇੱਕ ਹੋਰ ਮਿੱਤਰ ਹੈ ਐਮਸੀ ਮੁਹਾਲੀ ਸੀ ਯੋਗੇਸ਼ ਗੁਪਤਾ ਮੇਰਾ ਵਕੀਲ ਇੱਕ ਹੋਰ ਮੇਰਾ ਵਕੀਲ ਜਾਂ ਮੇਰਾ ਪਰਿਵਾਰ ਸਿਰਫ ਇਹ ਰਿਸ਼ਤੇ ਰਹਿ ਗਏ ਸੀਗੇ ਮੇਰੀ ਇਹ ਆਪਣਾ ਸੁਲਤਾਨਾ ਹੋਣੀ ਤਾਂ ਸਭ ਤੋਂ ਵੱਧ ਮੇਰੀ ਮਦਦ ਕਰਨ ਵਾਲਿਆਂ ਚ ਮੈਂ 3 ਮਹੀਨੇ ਮੈਂ ਇਸ ਸੰਤਾਪ ਨੂੰ ਭੋਗਿਆ ਹਾਂ ਜੀ ਮੁੜ ਕੇ ਫਿਰ ਬੀਬਾ ਜੀ ਨੇ ਕੇਸ ਵਾਪਸ ਲਿਆ ਅੱਛਾ ਜੀ ਤੇ ਮੈਨੂੰ ਕਿਹਾ ਵੀ ਡੈਫਰਮੇਸ਼ਨ ਕਰ ਦਿਓ ਮੈਂ ਕਿਹਾ ਮੈਂ ਇੰਨੀ ਘਟਿਆ ਉਹ ਤਾਂ ਘਟਿਆ ਸੀ ਮੈਂ ਕਾਹਨੂੰ ਘਟਿਆ ਬਣਾ ਸੋ ਭਾਈ ਕਾਦੇ ਰਿਸ਼ਤੇ ਨੇ ਇਹ ਹਾਂਜੀ ਕੋਈ ਰਿਸ਼ਤੇ ਨਹੀਂ ਐ ਕੋਈ ਮਤਲਬ ਨਹੀਂ ਐ ਤੋ ਸ਼ਾਇਦ ਬਾਅਦ ਵਿੱਚ ਮੈਨੂੰ ਬੁਲਾਇਆ ਬੁਲਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਜੀ ਕਰਦਾ ਬੋਲਣ ਨੂੰ ਕੋ ਰਿਸ਼ਤੇ ਨਹੀਂ ਹੁੰਦੇ ਫਿਰ ਕੋਈ ਬਿਲਕੁਲ ਸੋ ਇਹ ਵੀ ਗੱਲ ਸੱਚ ਐ ਕਿ ਤੇਜਵੀਰ ਹੋਣਾ ਨੇ ਵੀ ਬਾਅਦ ਚ ਬਹੁਤ ਕੋਸ਼ਿਸ਼ ਕੀਤੀ ਕਿ ਤੁਹਾਡਾ ਰਿਸ਼ਤਾ ਜਿਹੜਾ ਹਾਂ ਬਹੁਤ 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 ਵੱਡੇ ਵੱਡੇ ਨਾਵਾਂ ਨੂੰ ਕਿਹਾ ਗਿਆ ਜਾ ਕੇ ਵੀ ਮੈਂ ਤਾਂ ਉਹਦੇ ਨਾਲ ਹੀ ਰਹਿਣਾ ਆ ਤੁਸੀਂ ਤੂੰ ਜਾ ਕੇ ਉਹਨਾਂ ਨੂੰ ਤੁਸੀਂ ਕਹੋ ਸ਼ਾਮ ਸਿੰਘ ਅੰਗ ਸੰਗ ਨੇ ਇਹ ਪਹਿਲ ਕੀਤੀ ਮੇਰੇ ਕੋਲ ਅ ਮੇਜਰ ਪਿਆਰਾ ਸਿੰਘ ਦੀ ਡੈਥ ਹੋ ਗਈ ਹੈ ਮੇਜਰ ਪਿਆਰਾ ਸਿੰਘ ਕਹਿੰਦੇ ਵੀ ਭਾਈ ਜਿੱਥੇ ਉਹ ਕਹਿੰਦਾ ਸੀ ਵੀ ਨਹੀਂ ਤੇ ਉਹ ਉਹ ਮੇਰੇ ਕੋਲ ਆਇਆ ਮੈਂ ਕਿਹਾ ਜੀ ਤੁਹਾਨੂੰ ਮੇਰੇ ਜਵਾਬ ਦਾ ਪਤਾ ਹੋਊਗਾ ਹਾਂਜੀ ਪ੍ਰਸ਼ਾਮ ਸਿੰਘ ਮੇਰੇ ਕੋਲ ਆਇਆ ਏ ਸ਼ਾਮ ਸਿੰਘ ਨੇ ਕਿਹਾ ਵੀ ਉਹਨੇ ਆ ਤੇਜਵੀਰ ਆਹ ਕਹਿੰਦਾ ਆ ਮੈਂ ਕਿਹਾ ਸ਼ਾਮ ਸਿਆ ਤੇਜਵੀਰ ਨੂੰ ਤਾਂ ਉਹਨੂੰ ਤਾਂ ਮੈਂ ਕੁਝ ਨਹੀਂ ਕਹੂੰਗੀ ਆਪਣਾ ਬਚਾ ਕਰ ਲਈ ਹਾਂਜੀ ਤੇਰਾ ਕੁਝ ਨਹੀਂ ਬਚਣਾ ਸੋ ਦੇਖੋ ਗੱਲ ਇਹ ਹੈ ਕਿ ਵੀ ਇਹ ਨਾਜ਼ੁਕ ਰਿਸ਼ਤੇ ਹੁੰਦੇ ਨੇ ਹਾਂਜੀ ਜੇ ਨਰਾਜ਼ਗੀਆਂ ਵੀ ਹੋ ਜਾਂਦੀਆਂ ਨੇ ਮੈਂ ਇੱਕ ਗੱਲ ਕਹਿਨੀ ਆ ਮੈਂ ਬਾਕੀਆਂ ਨੂੰ ਵੀ ਕਹਿਨੀ ਆ ਇਸ ਇਸ ਜਦੋਂ ਤੁਸੀਂ ਇੱਕ ਤੋਂ ਦੋ ਹੁੰਦੇ ਹੋ 10 ਤੁਹਾਡੇ ਤੁਹਾਡੀਆਂ ਨਰਾਜ਼ਗੀਆਂ ਹੋਣ ਗਿਆ ਵਿਲੇ ਹੋਣਗੇ ਉਹਨੂੰ ਅੰਦਰ ਕੋਈ ਔਰਤ ਛੱਤ ਨਹੀਂ ਤੋੜਨਾ ਚਾਹੁੰਦੀ ਹੋ ਬਿਲਕੁਲ ਮਨਜੀਤ ਸਿੰਧਰਾ ਨੇ ਕਦੋਂ ਚਾਇਆ ਸੀਗਾ ਕਿ ਉਹਦੀ ਛੱਤ ਚੀਨਾ ਚੀਨਾ ਉਹਨੇ ਤਾਂ ਮੇਰੀ ਛੱਤ ਤੀਲਾ ਤੀਲਾ ਕਰਕੇ ਖੰਡਾਤੀ ਸੀ ਕੋਰਟਾਂ ਵਿੱਚ ਪੁਲਿਸ ਥਾਣਿਆਂ ਦੇ ਵਿੱਚ ਅਖਬਾਰਾਂ ਦੇ ਵਿੱਚ ਉਹ ਓਪਨ ਹੈ ਆਤਮਜੀਤ ਡਾਕਟਰ ਆਤਮਜੀਤ ਨੂੰ ਪਤਾ ਹੈ ਫੂਲਚੰਦ ਮਾਨਵ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਨਾਲ 6 ਮਹੀਨੇ ਜੱਜ ਦਾ ਰਹਿਣਾ 6 ਮਹੀਨੇ ਬਾਅਦ ਫੇਰ ਤੁਰ ਜਾਣਾ ਸੋ ਖੈਰ ਇਹ ਇਹ ਜੇ ਗੱਲਾਂ ਕਰਨ ਦਾ ਕੋਈ ਮੇਰਾ ਕੋਈ ਹੈ ਨਹੀਂ ਇਹ ਦੁਖਦੀਆਂ ਗੱਲਾਂ ਨੇ ਸੋ ਇਹ ਦੁਖਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਿੱਛੇ ਜੇ ਮੈਂ ਵੀ ਇਸ ਚੀਜ਼ ਨਾਲ ਸੰਬੰਧਿਤ ਇੱਕ ਆਰਟੀਕਲ ਲਿਖਿਆ ਸੀ ਕਿ ਲੋਕ ਅੱਜ ਵੀ ਨਹੀਂ ਚਾਹੁੰਦੇ ਕਿ ਪਤਨੀ ਜਾਂ ਧੀ ਜਿਹੜੀ ਲੇਖਕਾ ਹੋਵੇ ਹੈਨਾ ਕਿਉਂਕਿ ਜਦੋਂ ਤੁਹਾਡਾ ਰੁਤਬਾ ਇੱਕ ਆਮ ਇਨਸਾਨ ਦੇ ਮੁਕਾਬਲੇ ਵੱਡਾ ਹੋ ਜਾਂਦਾ ਬੇਸ਼ੱਕ ਔਰਤ ਲਈ ਜਿਹੜਾ ਪਤੀ ਆ ਉਹ ਪੂਰਾ ਜਹਾਨ ਹੁੰਦਾ ਮਰਦ ਲਈ ਸਿਰਫ ਉਹ ਇੱਕ ਰਿਸ਼ਤਾ ਹੁੰਦੀ ਹੈ ਔਰਤ ਤੇ ਜਦੋਂ ਤੁਹਾਡਾ ਕੱਦ ਉਹਨਾਂ ਤੋਂ ਵੱਡਾ ਹੋ ਜਾਂਦਾ ਤਾਂ ਮਰਦ ਲਈ ਖਾਸ ਤੌਰ ਤੇ ਜਿਹੜੀ ਇਹ ਚੀਜ਼ਾਂ ਨਾ ਬਰਦਾਸ਼ਤ ਯੋਗ ਹੋ ਜਾਂਦੀ ਹੈ ਉਹ ਚੀਜ਼ ਤੁਸੀਂ ਵੀ ਹੰਡਾਈ ਬਿਲਕੁਲ ਬਿਲਕੁਲ ਨਹੀਂ ਬੜੀ ਚੰਗੀ ਤਰ੍ਹਾਂ ਨਾਲ ਭੁੱਗ ਗਈ ਐ ਬੜੀ ਚੰਗੀ ਤਰ੍ਹਾਂ ਨਾਲ ਭੁੱਗ ਗਈ ਐ ਮੈਂ ਔਰ ਸ਼ਾਇਦ ਮੈਂ ਅ ਅ ਮੈਂ ਤੁਹਾਨੂੰ ਦੱਸਾਂ ਕਿ 80 'ਚ ਮੇਰੀ ਕਿਤਾਬ ਆਈ ਸੀ 74 'ਚ ਪਹਿਲੀ ਕਿਤਾਬ ਆਈ ਸੀ ਜਿਹਦਾ ਪ੍ਰੀਫੇਸ ਪ੍ਰੋਫੈਸਰ ਮੋਨ ਸਿੰਘ ਨੇ ਲਿਖਿਆ ਤੇ ਐਡਿਟ ਪ੍ਰੋਫੈਸਰ ਮੋਨ ਸਿੰਘ ਨੇ ਕੀਤੀ ਸੀ ਇੱਕ ਕਲਵੰਤ ਸੂਰੀ ਨਾਨਕ ਸਿੰਘ ਦੇ ਬੇਟੇ ਨੇ ਮੇਰੀ ਕਿਤਾਬ ਛਾਪੀ ਸੀ ਮੇਰੀ ਪਹਿਲੀ ਕਿਤਾਬ 1974 ਵਿੱਚ ਬੀਏ ਫਰਸਟ ਇਅਰ ਚ ਮੈਂ ਪੜ੍ਹਦੀ ਸੀ ਹਾਂਜੀ ਸੈਕੰਡ ਇਅਰ ਚ ਤੋਂ ਆਪਣਾ ਦੂਜੀ ਕਿਤਾਬ ਜੀ ਦਾ ਪ੍ਰੋਫੇਸ ਅ ਡਾਕਟਰ ਅਤਰ ਸਿੰਘ ਨੇ ਲਿਖਿਆ 1985 ਚ ਛਪੀ ਸੀ ਹਾਂਜੀ 1985 ਤੋਂ ਬਾਅਦ ਮੈਨੂੰ ਇਹ ਆਗਿਆ ਨਹੀਂ ਸੀ ਕਿ ਮੈਂ ਆਪਣੀ ਕਿਤਾਬ ਛਾਪ ਦਿਆਂ ਪਰ ਉਹ ਕਵਤਾਵਾਂ ਜਿਨ੍ਹਾਂ ਕਵਤਾਵਾਂ ਤੇ ਜਿੰਨਾ ਚਿਰ ਤੱਕ ਤੁਹਾਡਾ ਤੁਹਾਨੂੰ ਤੁਸੀਂ ਤੋਂ ਤੁਸੀਂ ਉਹ 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 ਵਿਆਹ ਹੋਇਆ ਮੇਰੇ ਬਾਬਲਾ ਨਹੀਂ ਹੋ ਗਿਆ ਉਹਨਾਂ ਚਿਰ ਤੱਕ ਤਾਂ ਇੱਕ ਇੱਕ ਕਵਤਾ ਤੇ ਚਰਚਾ ਹੁੰਦੀ ਸੀ ਬਿਲਕੁਲ ਜਦੋਂ ਕਹਿਣਾ ਮੇਰੀ ਗਰਲਫ੍ਰੈਂਡ ਹੈ ਠੀਕ ਹੈ ਤਾਂ ਲੰਬਾ 11 ਸਾਲ ਲਿਵ-ਇਨ ਰਿਲੇਸ਼ਨਸ਼ਿਪ ਚ ਹਾਂ ਜੀ ਮੈਂ ਰਹੀ ਹਾਂ ਹਾਂ ਔਰ ਉਹ ਇੰਨਾ ਵਧੀਆ ਰਿਸ਼ਤਾ ਸੀ ਮੇਰੇ ਪਿਤਾ ਕਹਿੰਦੇ ਵੀ ਭਾਈ ਉਹ ਸਾਰਾ ਕੁਝ ਹੀ ਰਹਿਣੇ ਹੋ ਜਿਵੇਂ ਰਹਿਣਾ ਚਾਹੀਦਾ ਇਹ ਮੈਂ ਅੱਗੇ ਵੀ ਕਹਿ ਚੁੱਕੀ ਆ ਕਿ ਵਿਆਹ ਕਰਾ ਲਓ ਇਹਨੂੰ ਇਹਨੂੰ ਕੋਈ ਰਿਸ਼ਤੇ ਨੂੰ ਨਾ ਦੇ ਦਿਓ ਉਹ ਕਹਿੰਦੇ ਜੀ ਫਿਰ ਮੈਂ ਤੁਸੀਂ ਤੁਸੀਂ ਗੱਲ ਹੀ ਨਹੀਂ ਕਰਦੇ ਨਾ ਦਿਓ ਇਸ ਰਿਸ਼ਤੇ ਨੂੰ ਕੋਈ ਹਾਂਜੀ ਤਾਂ ਜਦੋਂ ਰਿਸ਼ਤੇ ਨੂੰ ਨਾ ਦਿੱਤਾ ਤੇ ਉਹ ਰਿਸ਼ਤਾ ਰਿਸ਼ਤਾ ਹੀ ਨਹੀਂ ਰਿਹਾ ਬਿਲਕੁਲ ਉਹ ਫਿਰ ਅਦੀਨ ਮੈਨੂੰ ਫਲਾਨੀ ਗੱਲ ਨਹੀਂ ਫਲਾਨੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਕਰੂਗੀ ਹੁਣ ਮੈਨੂੰ ਉਹ ਵੀ ਕਿੰਨੀ ਗੱਲ ਕਰੂਗੀ ਉਹ ਇਹ ਕਾਹਦਾ ਡਰ ਹੈ ਤੁਹਾਨੂੰ ਹਾਂਜੀ ਚੂੜਾ ਪਾਇਆ ਹੋਇਆ ਇਹ ਕਿਉਂ ਪਾਇਆ ਲਾਦੇ ਓਕੇ ਫਾਈਨ ਇਹੋ ਜੀਆਂ ਗੱਲਾਂ ਹੋਣੀਆਂ ਕੋਈ ਚੰਗੀ ਗੱਲ ਤਾਂ ਹੈ ਨਹੀਂ ਫੇਰ ਫੇਰ ਉਹ ਮੇਰੀ ਮਨੁਮਾਇ ਕਿਤਾਬ ਫੇਰ 1992 ਚ ਛਪੀ ਮੇਰੀ ਕਿਤਾਬ ਹਾਂਜੀ 85 ਤੋਂ ਬਾਅਦ ਸਭ ਮੇਰੀ ਕਿਤਾਬ 92 ਚ ਛਪੀ ਕਿਉਂਕਿ ਉਹ ਤਾਂ ਗੱਲ ਨਿਭੀ ਨਹੀਂ 85 ਚ ਹੋਇਆ ਅ 87 ਵਿੱਚ ਅ ਕਹਾਣੀ ਖਤਮ ਵੀ ਹੋ ਨਾ ਸੌਰੀ 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 ਇਹ 89 ਚ ਖਤਮ ਹੋਗੀ ਹਾਂਜੀ 89 ਦੇ ਵਿੱਚ ਅਕਤੂਬਰ 89 ਚ ਗੱਲ ਖਤਮ ਹੋਗੀ 87 ਦੇ ਵਿੱਚ ਆਈ ਵਾਸ ਵੈਡਡ ਟੂ ਦੈਟ ਮੈਨ ਤੋ ਉਹਨਾਂ ਚੋਂ ਮੇਰਾ ਬੱਚਾ ਵੀ ਜਾਂਦਾ ਰਿਹਾ ਕੋਈ ਅਫਸੋਸ ਨਹੀਂ ਕਿਸੇ ਨੂੰ ਸ਼ਾਇਦ ਮੈਂ ਦਾਣਿਸ਼ ਦੇ ਰੂਪ ਚ ਉਹ ਬੱਚਾ ਪਾਇਆ ਹਾਂਜੀ ਬਿਲਕੁਲ ਉਸੇ ਤਰ੍ਹਾਂ ਮੈਂ ਉਸ ਨੂੰ ਪਾਲਿਆ ਤੇ ਬੜੀਆਂ ਦੁਖਤੀਆਂ ਗੱਲਾਂ ਨੇ ਬੱਚੇ ਜਿਹੜੀਆਂ ਮੈਂ ਕਦੀ ਕਰਨੀਆਂ ਨਹੀਂ ਚਾਹਦੀ ਹਾਂਜੀ ਨਾ ਮੈਂ ਉਸ ਸਾਰੇ ਘਟਨਾਕਰਮ ਤੇ ਮੈਂ ਰੋਈ ਵੀ ਨਹੀਂ ਮੈਂ ਹੁਣ ਵੀ ਰੋਣਾ ਨਹੀਂ ਚਾਹਦੀ ਜੀ